ਬਰਾਨੀਆਂ ਨੂੰ ਅਧਿਆਇ 1 ਪਰਮੇਸ਼ਰ ਨੇ ਜਨ ਪਿਛਲਿਆਂ ਸਮੇਂ ਵਿੱਚ ਨਬੀਆਂ ਦੇ ਰਾਹੀ ਸਾਡੇ ਵੱਡਿਆਂ ਨਾਲ ਕਈ ਹਿੱਸਿਆਂ ਵਿੱਚ ਅਤੇ ਕਈ ਤਰ੍ਹਾਂ ਨਾਲ ਗੱਲਬਾਤ ਕੀਤੀ ਸੀ ਇਹਨਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤਰ ਦੇ ਰਾਹੀ ਗੱਲ ਕੀਤੀ ਜਿਹਨੂੰ ਉਹਨੇ ਸਭਨਾ ਵਸਤਾਂ ਦਾ ਵਾਰਿਸ ਬਣਾਇਆ ਅਤੇ ਉਸੇ ਦੇ ਵਸੀਲੇ ਉਹਨੇ ਜਹਾਨ ਵੀ ਰਚੇ ਉਹ ਉਸ ਦੇ ਤੇਜ ਦਾ ਪ੍ਰਤਬਿੰਬ ਅਤੇ ਉਸ ਦੀ ਜ਼ਾਤ ਦਾ ਨਕਸ਼ ਹੋ ਕੇ ਆਪਣੀ ਸਮਰੱਥਾ ਦੇ ਬਚਨ ਨਾਲ ਸਭਨਾ ਵਸਤਾਂ ਨੂੰ ਸੰਭਾਲ ਕੇ ਔਰ ਪਾਪਾ ਨੂੰ ਸਾਫ਼ ਕਰਕੇ ਪਰਮ ਧਰਮ ਵਿੱਚ ਸ਼੍ਰੀ ਵੈਗਰੂ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਉਹ ਦੂਤਾਂ ਨਾਲੋਂ ਕੰਨਾ ਕੋ ਉੱਤਮ ਹੋਇਆ ਜਿਨ੍ਹਾਂ ਕੋ ਉਹਨੇ ਉਹਨਾਂ ਨਾਲੋਂ ਵਿਰਸੇ ਵਿੱਚ ਉੱਤਮ ਨਾਮ ਪਾਇਆ ਕਿਉਂ ਜੋ ਦੂਤਾਂ ਵਿੱਚ ਪਰਮੇਸ਼ਰ ਨੇ ਕਿਨੂੰ ਕਦੇ ਆਖਿਆ ਤੂੰ ਮੇਰਾ ਪੁੱਤਰ ਹੈ ਮੈਂ ਅੱਜ ਤੈਨੂੰ ਜਨਮ ਦਵਾਇਆ ਹੈ ਅਤੇ ਫਿਰ ਇਹ ਮੈਂ ਉਹਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ ਅਤੇ ਜਦ ਉਸ ਬਲੋਠੇ ਨੂੰ ਸੰਸਾਰ ਵਿੱਚ ਫਿਰ ਲਿਆਉਣਾ ਹੋਵੇਗਾ ਤਾਂ ਕਹਿੰਦਾ ਹੈ ਪਰਮੇਸ਼ਰ ਦੇ ਸਭੇ ਦੂਤ ਉਹਨ ਮੱਥਾ ਟੇਕਣ ਅਤੇ ਉਹ ਦੂਤਾਂ ਦੀ ਵਿਖਿਆ ਕਰਦਾ ਹੈ ਉਹ ਆਪਣੇ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਉਪਾਸਕਾਂ ਨੂੰ ਅਗੰਧੀਆਂ ਲਾਟਾਂ ਬਣਾਉਂਦਾ ਹੈ ਪਰ ਪੁੱਤਰ ਦੇ ਵਿਖੇ ਤੇਰਾ ਸਿੰਘਾਸਨ ਜੁਗੋ ਜੁਗ ਪਰਮੇਸ਼ਰ ਹੈ ਅਤੇ ਸਿਧਾਈ ਦਾ ਆਸਾ ਤੇਰੇ ਰਾਜ ਦਾ ਆਸਾ ਹੈ ਤੈਂ ਤਰਮ ਨਾਲ ਪ੍ਰੇਮ ਅਤੇ ਕੁਤਰਮ ਨਾਲ ਵੈਰ ਰੱਖਿਆ ਇਸ ਲਈ ਪਰਮੇਸ਼ਰ ਤੇਰੇ ਪਰਮੇਸ਼ਰ ਨੇ ਖੁਸ਼ੀ ਦੇ ਤੇਲ ਨਾਲ ਤੇਰੇ ਸਾਥੀਆਂ ਤੋਂ ਵੱਧ ਤੈਨੂੰ ਮਸਾ ਕੀਤਾ ਅਤੇ ਇਹ ਵੀ हे ਪ੍ਰਭੂ ਤੈ ਆਦ ਵਿੱਚ ਧਰਤੀ ਦੀ ਨੀਂਧਰੀ ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ ਉਹ ਨਾਸ ਹੋ ਜਾਣਗੇ ਪਰ ਤੂੰ ਅਟਲ ਰੰਦਾ ਹੈ ਉਹ ਸਾਰੇ ਕੱਪੜੇ ਵਾਂਗੂ ਪੁਰਾਣੇ ਹੋ ਜਾਣਗੇ ਅਤੇ ਚਾਦਰ ਵਾਂਗੂ ਤੂੰ ਉਹਨਾਂ ਨੂੰ ਬੁਲੇਟੇਂਗਾ ਅਤੇ ਕਪੜੇ ਵਾਂਗੂ ਉਹ ਬਦਲ ਜਾਣਗੇ ਪਰ ਤੂੰ ਉਹੀ ਹੈ ਅਤੇ ਤੇਰੇ ਵਰੇ ਮੁਕਣਗੇ ਨਹੀਂ ਪਰ ਦੂਤਾ ਵਿੱਚੋਂ ਕਿਹਦੇ ਵਿਖੇ ਉਹਨੇ ਕਦੀ ਆਖਿਆ ਤੂੰ ਮੇਰੇ ਸੱਜੇ ਪਾਸੇ ਬੈਠ ਜਾ ਤੇ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਕੀ ਨਾ ਕਰਦਿਆਂ ਭਲਾ ਉਹ ਸਭੇ ਸੇਵਾ ਕਰਨ ਵਾਲੇ ਆਤਮੇ ਨਹੀਂ ਜਿਹੜੇ ਮੁਕਤੀ ਦਾ ਵਿਰਸਾ ਪਾਉਣ ਵਾਲਿਆਂ ਦੀ ਸੇਵਾ ਲਈ ਕੱਲੇ ਜਾਂਦੇ ਹਨ ਇਬਰਾਨੀਆਂ ਨੂੰ ਅਧਿਆਇ 2 ਇਸ ਕਾਰਨ ਚਾਹੀਦਾ ਹੈ ਜੋ ਅਸੀਂ ਉਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ ਅਜਿਆ ਨਾ ਹੋਵੇ ਭਈ ਕਿਤੇ ਅਸੀਂ ਉਹਨਾਂ ਤੋਂ ਵਹਿ ਕੀ ਦੂਰ ਹੋ ਜਾਈਏ ਜਦੋਂ ਉਹ ਬਚਨ ਜਿਹੜਾ ਦੂਤਾਂ ਦੀ ਜ਼ੁਬਾਨੀ ਆਖਿਆ ਗਿਆ ਸੀ ਦ੍ਰਿੜ ਠਹਿਰਿਆ ਅਤੇ ਹਰੇਕ ਅਪਰਾਧ ਅਤੇ ਅਨਾਗਿਆਕਾਰੀ ਦਾ ਠੀਕ-ਠੀਕ ਬਦਲਾ ਮਿਲਿਆ ਤਾਂ ਅਸੀਂ ਕਿਕਰ ਬਚ ਨਿਕਲਾਂਗੇ ਜੇ ਐਡੀ ਵੱਡੀ ਮੁਕਤੀ ਦੀ ਬੇਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੂ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ ਪਰਮੇਸ਼ਰ ਵੀ ਨਿਸ਼ਾਨੀਆਂ ਅਤੇ ਅਚੰਬਿਆ ਅਤੇ ਨਾਨਾ ਪ੍ਰਕਾਰ ਦੇਆ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਆਪਣੀ ਇੱਛਾ ਦੇ ਅਨੁਸਾਰ ਉਹਨਾਂ ਦੇ ਨਾਲ ਸਾਖੀ ਦਿੰਦਾ ਰਿਹਾ ਉਹਨੇ ਤਾਂ ਆਉਣ ਵਾਲੇ ਸੰਸਾਰ ਨੂੰ ਜਿਹਦੀ ਅਸੀਂ ਗੱਲ ਕਰਦੇ ਹਾਂ ਦੂਤਾ ਦੇ ਬਿਤੇਤ ਨਹੀਂ ਕੀਤਾ ਪਰ ਕਿਸੇ ਨੇ ਕਿਤੇ ਇੱਕ ਹੈ ਕਿ ਸਾਖੀ ਦਿੱਤੀ ਇਨਸਾਨ ਕੀ ਹੈ ਜੋ ਤੂੰ ਉਹਨੂੰ ਚੇਤੇ ਵਿੱਚ ਲਿਆਵੇਂ ਇਹ ਆਦਮੀ ਜਾਇਕੀ ਹੈ ਜੋ ਤੂੰ ਉਸ ਉਤੇ ਨਿਗਾਹ ਕਰੇ ਤੈ ਉਹਨੂੰ ਦੂਤਾਂ ਨਾਲੋਂ ਥੋੜੇ ਚਿਰ ਲਈ ਕੱਟ ਕੀਤਾ ਅਤੇ ਮਹਿਮਾ ਔਰ ਆਦਰ ਦਾ ਮੁਕਟ ਉਹਦੇ ਸਿਰ ਉਤੇ ਰੱਖਿਆ ਹੈ ਤੈ ਆਪਣੇ ਦਸਤਕਾਰੀ ਉਤੇ ਉਹਨੂੰ ਥਾਪਿਆ ਤੈ ਸਭ ਕੁਝ ਉਹਦੇ ਪੈਰਾਂ ਹੇਠ ਅਧੀਨ ਕਰ ਦਿੱਤਾ ਕਿਉਂਕਿ ਜਦੋਂ ਉਸ ਨੇ ਸਭ ਕੁਝ ਉਹਦੇ ਅਧੀਨ ਕਰ ਦਿੱਤਾ ਹੈ ਤਾਂ ਕੁਝ ਨਹੀਂ ਛੱਡਿਆ ਜੋ ਉਹਦੇ ਅਧੀਨ ਨਾ ਕੀਤਾ ਹੋਵੇ ਪਰ ਅਜੇ ਤੱਕ ਅਸੀਂ ਸਭ ਕੁਝ ਉਹਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ ਪਰ ਅਸੀਂ ਉਹਨੂੰ ਜਿਹੜਾ ਦੂਤਾਂ ਨਾਲੋਂ ਥੋੜੇ ਚਿਰ ਲਈ ਘਟ ਕੀਤਾ ਗਿਆ ਹੈ ਅਰਥਾਤ ਯਿਸੂ ਨੂੰ ਮੌਤ ਦਾ ਦੁੱਖ ਝੱਲਣ ਦੇ ਕਾਰਨ ਪ੍ਰਤਾਪ ਅਤੇ ਮਾਣ ਦਾ ਮੁਕਤ ਰੱਖਿਆ ਹੋਇਆ ਵਿਖਦੇ ਹਾਂ ਤਾਂ ਜੋ ਉਹ ਪਰਮੇਸ਼ਰ ਦੀ ਕਿਰਪਾ ਨਾਲ ਹਰੇਕ ਮਨੁੱਖ ਲਈ ਮੌਤ ਦਾ ਸਵਾਦ ਚਖੇ ਜਿਹਦੇ ਲਈ ਸਭ ਕੁਝ ਹੈ ਅਤੇ ਜਿੱਦ ਰਹੀਂ ਸਭ ਕੁਝ ਹੋਇਆ ਉਸ ਨੂੰ ਜੋਗ ਸੀ ਪਈ ਬਹੁਤਿਆ ਪੁੱਤਰਾਂ ਨੂੰ ਤੇਜ ਵਿੱਚ ਲਿਆਉਂਦਿਆ ਉਹਨਾਂ ਦੇ ਮੁਕਤੀ ਦੇਣ ਵਾਲੇ ਆਗੂ ਨੂੰ ਦੁੱਖਾਂ ਦੇ ਦੁਆਰਾ ਸੰਪੂਰਨ ਕਰੇ ਕਿਉਂਕਿ ਉਹ ਜਿਹੜਾ ਪਵਿੱਤਰ ਕਰਦਾ ਹੈ ਅਤੇ ਉਹ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਭ ਇੱਕ ਤੋਂ ਹੀ ਹਨ ਇਸ ਕਰਕੇ ਉਹ ਉਹਨਾਂ ਨੂੰ ਭਰਾ ਆਖਣ ਤੋਂ ਨਹੀਂ ਸ਼ਰਮਾਉਂਦਾ ਪਰ ਇਹ ਕਹਿੰਦਾ ਹੈ ਮੈਂ ਆਪਣੇ ਭਾਈਆਂ ਨੂੰ ਤੇਰਾ ਨਾਮ ਸੁਣਾਵਾਂਗਾ ਮੈਂ ਕਲੀਸੇ ਵਿੱਚ ਤੇਰੀ ਉਸਤਤ ਕਰਾਂਗਾ ਅਤੇ ਫਿਰ ਇਹ ਮੈਂ ਉਸ ਉੱਤੇ ਭਰੋਸਾ ਰੱਖਾਂਗਾ ਅਤੇ ਫਿਰ ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ਰ ਨੇ ਮੈਨੂੰ ਬਖਸ਼ੇ ਸੋ ਜਦ ਬਾਲਕ ਲਹੂ ਅਤੇ ਮਾਸ ਵਿੱਚ ਸਾਂਝੀ ਹੁੰਦੇ ਹਨ ਤਾਂ ਉਹਨਾਂ ਵਾਂਗੂ ਉਹ ਆਪ ਵੀ ਇਨਾਂ ਵਿੱਚ ਪਿਆਲ ਬਣਿਆ ਤਾਂ ਜੋ ਮੌਤ ਦੇ ਰਾਹੀਂ ਉਹ ਉਸ ਨੂੰ ਜਿਸ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ ਨੂੰ ਨਾਸ ਕਰੇ ਅਤੇ ਉਹਨਾਂ ਨੂੰ ਜਿਹੜੇ ਮੌਤ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਫਸੇ ਹੋਏ ਸਨ छुड़ाਵੇ ਕਿਉਂਕਿ ਜੋ ਉਹ ਦੂਤਾਂ ਦੀ ਤੇ ਸਹਤਾ ਨਹੀਂ ਸਗੋ ਅਬਰਾਹਮ ਦੀ ਅੰਸ ਦੀ ਸਹਤਾ ਕਰਦਾ ਹੈ ਇਸ ਕਾਰਨ ਚਾਹੀਦਾ ਸੀ ਭਈ ਉਹ ਸਭ ਨਹੀਂ ਕਰ ਲਈ ਆਪਣੇ ਭਾਈਆਂ ਵਰਗਾ ਬਣੇ ਤਾਂ ਜੋ ਉਹ ਉਹਨਾਂ ਗੱਲਾਂ ਦੇ ਵਿਖੇ ਯੋਨੀਆ ਪਰਮੇਸ਼ਰ ਦੇ ਨਾਲ ਸਰਬੰਧ ਰੱਖਦੀਆਂ ਹਨ ਲੋਕਾਂ ਦੇ ਪਾਪਾਂ ਦਾ ਪ੍ਰਾਛਿਤ ਕਰਨ ਨੂੰ ਯੋਗਲੂ ਅਤੇ ਮਾਤਬਰ ਪ੍ਰধান ਜਾਜਕ ਹੋਵੇ ਕਿਉਂਕਿ ਜਦੋਂ ਉਸ ਨੇ ਆਪ ਹੀ ਪ੍ਰਤਾਵੇ ਵਿੱਚ ਪੈ ਕੇ ਦੁੱਖ ਚੱਲਿਆ ਤਾਂ ਉਹ ਉਹਨਾਂ ਦੀ ਜਿਹੜੇ ਪ੍ਰਤਾਵੇ ਵਿੱਚ ਪੈਂਦੇ ਹਨ ਸਹਾਇਤਾ ਕਰ ਸਕਦਾ ਹੈ ਇਬਰਾਨੀਆਂ ਨੂੰ ਅਧਿਆਇ 3 ਉਪਰੰਤ ਇਹ ਪੜਾਵੋ ਸੁਰਗੀ ਸੱਦੇ ਦੇ ਭਾਈ ਵਾਲੋ ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪ੍ਰধান ਜਾਜਕ ਯੀਸੂ ਵੱਲ ਧਿਆਨ ਕਰੋ ਜਿਹੜਾ ਆਪਣੇ ਥਾਪਣ ਵਾਲੇ ਦੇ ਹੱਕ ਵਿੱਚ ਮਾਤਬਰ ਸੀ ਜਿਵੇਂ موسی ਉਹਦੇ ਸਾਰੇ ਘਰ ਵਿੱਚ ਸੀ ਕਿਉਂਕਿ ਜੋ ਘਰ ਨਾਲੋਂ ਜਿੰਨਾ ਘਰ ਦਾ ਬਣਾਉਣ ਵਾਲਾ ਆਦਰ ਦੇ ਯੋਗ ਹੁੰਦਾ ਹੈ ਉਨਾ ਹੀ ਉਹ ਵੀ موسی ਨਾਲ ਵਧੇਰੇ ਆਦਰ ਦੇ ਯੋਗ ਹੈ ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜੀ ਨੇ ਸਭ ਕੁਝ ਬਣਾਇਆ ਹੈ ਉਹ ਪਰਮੇਸ਼ਰ ਹੈ ਅਤੇ موسی ਤਾਂ ਉਹਦੇ ਸਾਰੇ ਘਰ ਵਿੱਚ ਨੌਕਰ ਦੀ ਨਿਯਾਈ ਮਾਤਬਰ ਸੀ ਭਈ ਹੋਣ ਵਾਲੀਆਂ ਗੱਲਾਂ ਦੀ ਸਾਖੀ ਦੇਵੇ ਬਦਮਸੀ ਪੁੱਤਰ ਦੀ ਨਿਆਈ ਉਹਦੇ ਘਰ ਉੱਤੇ ਹੈ ਜੇ ਅਸੀਂ ਆਸ ਦੀ ਦਲੇਰੀ ਔਰ ਅਬਮਾਨ ਅੰਤ ਤੋੜੀ ਫੜੀ ਰੱਖੀਏ ਸੋ ਜਿਵੇਂ ਪੁੱਤਰ ਆਤਮਾ ਆਖਦਾ ਹੈ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ ਉਜਾਰ ਵਿੱਚ ਜਦ ਤੁਹਾਡੇ ਪਿਓ ਦਾਦਾ ਜੀ ਨੇ ਮੈਨੂੰ ਪਰਖ ਕੇ ਜਾਚਾ ਅਤੇ 40 ਭਰੇ ਮੇਰੇ ਕੰਮ ਵੇਖੇ ਇਸੇ ਕਾਰਨ ਮੈਂ ਉਸ ਪੀੜਿਤੋਂ ਗਰੰਝ ਹੋਇਆ ਅਤੇ ਆਖਿਆ ਕਿ ਉਹ ਦਿਲੋਂ ਖਰਾਹੀ ਪੈਂਦੇ ਹਨ ਅਤੇ ਉਹਨਾਂ ਮੇਰੇ ਰਾਹਾਂ ਨੂੰ ਨਾ ਜਾਤਾ ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌ ਖਾਦੀ ਕਿ ਇਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ हे ਪ੍ਰਭੂ ਵੇਖਣਾ ਭਈ ਜੋ ਦੇ ਪਰਮੇਸ਼ਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪ੍ਰਤੀਤਾ ਬੁਰਾ ਦਿਲ ਨਾ ਹੋਵੇ ਸਗੋਂ ਜਿਨ੍ਹਾਂ ਚਿਰ ਅੱਜ ਦਾ ਦਿਨ ਆਖਿਦਾ ਹੈ ਤੁਸੀਂ ਨਿਤ ਇੱਕ ਦੁਆਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਤਕੜਾਈ ਨਾਲ ਫੜੀ ਰੱਖੀਏ ਜਿਵੇਂ ਆਖਿਆ ਜਾਂਦਾ ਹੈ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ ਉਹ ਕਿਹੜੇ ਸਨ ਜਿਨ੍ਹਾਂ ਸੁਣ ਕੇ ਬਗਾਵਤ ਕੀਤੀ ਪਹਿਲਾਂ ਉਹਨਾਂ ਸਮਨਾਂ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰੋਂ ਨਿਕਲ ਆਏ ਸਨ ਅਤੇ ਉਹ ਕਿੰਨਾ ਨਾਲ 40 ਬਰੇ ਗਰੰਜ ਰਿਆਂ ਭਲਾ ਉਹਨਾਂ ਨਾਲ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲੋਥਾਂ ਉਹ ਜਾੜ ਵਿੱਚ ਪਈਆਂ ਰਹੀਆਂ ਅਤੇ ਕਿਨਾਂ ਨੂੰ ਉਸ ਨੇ ਸੌਂ ਖਾ ਕੇ ਆਖਿਆ ਕਿ ਉਹ ਮੇਰੇ ਆਰਾਮ ਵਿੱਚ ਨਾ ਵੜਨਗੇ ਪਰ ਉਹਨਾਂ ਨੂੰ ਜਿਹੜਾ ਅਨਾਗਿਆਕਾਰ ਸਨ ਅਸੀਂ ਇਹ ਵੇਖਦੇ ਹਾਂ ਜੋ ਉਹ ਬੇਪਰਤੀਤੀ ਦੇ ਕਾਰਨ ਉਸ ਵਿੱਚ ਨਾ ਵੜ ਸਕੇ ਇਬਰਾਨੀਆਂ ਨੂੰ ਅਧਿਆਇ 4 ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਪਈ ਨਾ ਹੋਵੇ ਜੋ ਉਹਦੇ ਆਰਾਮ ਵਿੱਚ ਵੜਨ ਦਾ ਵਾਅਦਾ ਹੁੰਦਿਆਂ ਸੁੰਦਿਆਂ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਿਹਾ ਹੋਇਆ ਮਲੂਮ ਹੋਵੇ ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਸੀ ਜਿਵੇਂ ਉਹਨਾਂ ਨੂੰ ਵੀ ਪਰ ਸੁਨਿਆ ਹੋਇਆ ਬਚਨ ਉਹਨਾਂ ਲਈ ਲਾਭਵੰਤ ਨਾ ਹੋਇਆ ਇਸ ਕਰਕੇ ਜੋ ਇਹ ਸੁਣਨ ਵਾਲਿਆਂ ਦੇ ਵਿੱਚ ਨਿਚੇ ਦੇ ਨਾਲ ਨਾਰਚਿਆ ਕਿਉਂ ਜੋ ਅਸੀਂ ਜਿੰਨਾ ਨਿਚਾ ਕੀਤੀ ਹੈ ਉਸ ਆਰਾਮ ਵਿੱਚ ਵੜਦੇ ਹਾਂ ਜਿਕਰ ਉਹਨੇ ਆਖਿਆ ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂ ਖਾਦੀ ਕਿ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ ਭਾਵੇਂ ਉਹਦੀਆਂ ਕਾਰਾਗਰੀਆਂ ਜਗਤ ਦੇ ਬੁੱਢੋਂ ਹੀ ਬਣ ਚੁੱਕੀਆਂ ਸਨ ਉਹਨੇ ਸੱਤਵੇਂ ਦਿਨ ਦੇ ਵਿਖੇ ਕਿਤੇ ਇਉਂ ਆਖਿਆ ਪਈ ਪਰਮੇਸ਼ਰ ਨੇ ਆਪਣੇ ਸਾਰੇ ਕੰਮਾਂ ਤੋਂ ਵਿਲਿਆ ਹੋ ਕੇ ਸੱਤਵੇਂ ਦਿਨ ਆਰਾਮ ਕੀਤਾ ਅਤੇ ਇਸ ਥਾਂ ਵਿੱਚ ਫਿਰ ਕਹਿੰਦਾ ਹੈ ਉਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ ਸੋ ਜਦੋਂ ਕਈਆਂ ਲਈ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ ਉਹ ਅਨਾਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ ਤਾਂ ਉਹ ਫਿਰ ਐਨੇ ਚਿਰ ਮਗਰੋਂ ਦਾਊਦ ਦੀ ਜ਼ੁਬਾਨੀ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹਨੂੰ ਅੱਜ ਦਾ ਦਿਨ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜੇ ਯੋਸ਼ੂਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ ਤਾਂ ਆਰਾਮ ਉਹਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ ਗੱਲ ਕਾਦੀ ਪਰਮੇਸ਼ਰ ਦੀ ਪਰਜਾ ਲਈ ਸਬਦ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ ਕਿਉਂਕਿ ਜਿਹੜਾ ਉਹ ਜੀ ਆਰਾਮ ਵਿੱਚ ਵੜ ਗਿਆ ਉਹਨੇ ਵੀ ਆਪ ਆਪਣੇ ਕੰਮਾਂ ਤੋਂ ਵਿਲਿਆ ਹੋ ਕੇ ਆਰਾਮ ਕੀਤਾ ਜਿਵੇਂ ਪਰਮੇਸ਼ਰ ਨੇ ਆਪਣੇ ਕੰਮਾਂ ਤੋਂ ਸੋ ਆਓ ਅਸੀਂ ਉਸ ਆਰਾਮ ਵਿੱਚ ਵੜਨ ਦਾ ਯਤਨ ਕਰੀਏ ਭਈ ਕੋਈ ਉਹਨਾਂ ਵਾਂਗੂ ਅਣਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ ਕਿਉਂ ਜੋ ਪਰਮੇਸ਼ਰ ਦਾ ਬਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਤਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰਬੰਦ-ਬੰਦ ਅਤੇ ਗੁੱਦੇ ਨੂੰ ਅਡੋ ਅਡ ਕਰਕੇ ਵਿੰਸੁੱਟਦਾ ਹੈ ਅਤੇ ਮੰਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਅਤੇ ਸ੍ਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ ਪਰ ਜੀਨੂੰ ਅਸਾ ਲੇਖਾ ਜਣਾ ਹੈ ਉਹਦੇ ਨੈਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ ਸੋ ਜਦੋਂ ਸਾਡਾ ਇੱਕ ਮਹਾਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ ਤੋਂ ਪਾਰ ਲੰਘ ਗਿਆ ਅਰਥਾਤ ਪਰਮੇਸ਼ਰ ਦਾ ਪੁੱਤਰ ਯਿਸੂ ਤਾਂ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ ਕਿਉਂਕਿ ਸਾਡਾ ਪ੍ਰਧਾਨ ਜਾਜਕ ਇਹ ਹੋ ਜਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਪਰਤਾਇਆ ਗਿਆ ਔਰ ਉਹ ਪਾਪ ਤੋਂ ਰਹਿਤ ਰਿਹਾ ਇਸ ਲਈ ਆਵਸੀ ਕਿਰਪਾ ਦੇ ਸਗਾਸਨ ਦੇ ਅੱਗੇ ਦਲੇਰੀ ਨਾਲ ਚੱਲੀਏ ਪਏ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵਿਲੇ ਸਰ ਸਾਡੀ ਸਹਾਇਤਾ ਕਰੇ ਇਬਰਾਨੀਆਂ ਨੂੰ ਅਧਿਆਇ 5 ਹਰੇਕ ਪ੍ਰধান ਜਾਜਕ ਜੋ ਮਨੁੱਖਾਂ ਹੀ ਵਿੱਚੋਂ ਲਿਆ ਜਾਂਦਾ ਹੈ ਪਰ ਮਿਸ਼ਰ ਦੇ ਕੰਮਾਂ ਦੇ ਲਈ ਮੁਰਖਾਂ ਦੇ ਹੀ ਨਿਮਿਤ ਥਾਪਿਆ ਜਾਂਦਾ ਹੈ ਭਈ ਪੇਟਾਂ ਅਤੇ ਪਾਪਾਂ ਦੇ ਲਈ ਬਲਦਾਂ ਚੜਾਵੇ ਅਤੇ ਉਹ ਨਦਾਨਾਂ ਅਤੇ ਭੁੱਲਿਆ ਹੋਿਆਂ ਦੇ ਨਾਲ ਨਰਮੀ ਕਰ ਸਕਦਾ ਹੈ ਕਿਉਂਕਿ ਉਹ ਆਪ ਵੀ ਦੁਰਬਲਤਾਈ ਵਿੱਚ ਡਿੱਗਿਆ ਹੋਇਆ ਹੈ ਅਤੇ ਇਸੇ ਕਾਰਨ ਜਿਵੇਂ ਪਰਜਾ ਲਈ ਤਵੇਂ ਆਪਣੇ ਲਈ ਉਹਨੂੰ ਪਾਪਾਂ ਲਈ ਬਲੀ ਚੜਾਉਣੀ ਪੈਂਦੀ ਹੈ ਅਤੇ ਕੋਈ ਆਪਣੇ ਆਪ ਇਹ ਇੱਜ਼ਤ ਨਹੀਂ ਲੈਂਦਾ ਪਰ ਤਦੋਂ ਜਦ ਹਰੂਨ ਦੀ ਨਿਆਂਈ ਪਰ ਮਿਸ਼ਾਦਾ ਬੁਲਾਇਆ ਹੋਇਆ ਹੋਵੇ ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਵਧਾਇਆ ਜੋ ਪ੍ਰਧਾਨ ਜਾਜਕ ਬਣੇ ਸਗੋਸਤ ਨੇ ਜਨ ਉਹਨੂੰ ਆਖਿਆ ਤੂੰ ਮੇਰਾ ਪੁੱਤਰ ਹੈ ਮੈਂ ਅੱਜ ਤੈਨੂੰ ਜਨਮ ਦਵਾਇਆ ਹੈ ਜਿਵੇਂ ਉਹ ਇੱਕ ਹੋਰ ਥਾਂ ਵਿੱਚ ਵੀ ਆਖਦਾ ਹੈ ਤੂੰ ਮਲਕੀ ਸਦਿਕ ਦੀ ਪਦਵੀ ਦੇ ਅਨੁਸਾਰ ਸਦਾ ਤਿਕ ਦਾ ਜਾਜਕ ਹੈ ਉਹਨੇ ਉਹਨੇ ਦਿਨੀ ਜਦੋਂ ਜੇਤਾਰੀ ਹੋਈ ਸੀ ਬਹੁਤ ਟਹਾ ਮਾਰ ਮਾਰ ਕੇ ਅਤੇ ਅੰਜੂ ਕੇਰ ਕੇ ਉਸ ਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਅਤੇ ਮਿੰਤਾ ਕੀਤੀਆਂ ਅਤੇ ਪਰਮੇਸ਼ਰ ਦਾ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ ਅਤੇ ਭਾਵੇਂ ਪੁੱਤਰ ਸੀ ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ ਅਤੇ ਉਹ ਸਿੱਧ ਹੋ ਕੇ ਉਹਨਾਂ ਸਬਨਾ ਦੀ ਜਿਹੜੇ ਉਹਦੀ ਆਗਿਆਕਾਰ ਹਨ ਸਦਾ ਦੀ ਕਤੀਦਾ ਕਾਰਨ ਹੋਇਆ ਕਿਉਂ ਪਰਮੇਸ਼ਰ ਦੇ ਵੱਲੋਂ ਮਲਕੀ ਸਦਕ ਦੀ ਪਦਵੀ ਦੇ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ ਉਡੀ ਵਿਖੇ ਅਸਬ ਬਹੁਤ ਕੁਝ ਆਖਣ ਹੈ ਜਿਹਦਾ ਅਰਥ ਕਰਨਾ ਔਖਾ ਹੈ ਇਸ ਲਈ ਤੂੰ ਤੁਸੀਂ ਕੰਨਾਂ ਤੋਂ ਬੋਲੇ ਹੋਗੇ ਹੋ ਕਿਉਂ ਜੋ ਚਿਰ ਹੋਣ ਕਰਕੇ ਤੁਹਾਨੂੰ ਉਪਦੇਸ਼ਕ ਹੋਣਾ ਚਾਹੀਦਾ ਸੀ ਪਰ ਤੁਹਾਨੂੰ ਲੋੜ ਹੈ ਪਈ ਕੋਈ ਤੁਹਾਨੂੰ ਪਰਮੇਸ਼ਰ ਦੀ ਬਾਣੀ ਦੇ ਮੂਲ ਮੰਤਰਾਂ ਦਾ ਮੁੱਢ ਫੇਰ ਸਿਖਾਵੇ ਅਤੇ ਤੁਸੀਂ ਅਜੀਬ ਬਣ ਗਏ ਹੋ ਜੋ ਤੁਹਾਨੂੰ ਅੰਨ ਦੀ ਨਹੀਂ ਸਗੋ ਦੁੱਧ ਦੀ ਲੋੜ ਪਈ ਹੋਈ ਹੈ ਹਰੇਕ ਜਿਹੜਾ ਦੁੱਧ ਹੀ ਵਰਤਦਾ ਹੈ ਉਹ ਧਰਮ ਦੇ ਵਚਨ ਤੋਂ ਅਣਜਾਣ ਹੈ ਇਸ ਲਈ ਕਿ ਨਿਆਣਾ ਹੈ ਪਰ ਅਨ ਸਿਆਣਾ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਂਚ ਕਰਨ ਨੂੰ ਅਭਿਆਸ ਕਰਨ ਨਾਲ ਸਜੀਆਂ ਹੋਈਆਂ ਹਨ ਇਬਰਾਨੀਆਂ 9 ਅਧਿਆਏ 6 ਇਸ ਕਾਰਨ ਅਸੀਂ ਮਸੀਹ ਦੀ ਸਿੱਖਿਆ ਦੀਆਂ ਆਦ ਗੱਲਾਂ ਛੱਡ ਕੇ ਸਿਆਣਪੁਣੇ ਦੀ ਵੱਲ ਅਗਾਹ ਵਧੇ ਜਾਈਏ ਅਤੇ ਮੁਰਦਿਆਂ ਕਮਾਂ ਤੋਂ ਤੌਬਾ ਕਰਨ ਦੀ ਨੀਂ ਮੁੜ ਕੇ ਨਾ ਤਰੀਏ ਨਾਲੇ ਪਰਮੇਸ਼ਰ ਉੱਤੇ ਨਿਚਾ ਕਰਨ ਦੀ ਅਸ਼ਨਾਨਾ ਦੀ ਸਿੱਖਿਆ ਦੀ ਹੱਥ ਰੱਖਣ ਦੀ ਮੁਰਦਿਆਂ ਦੇ ਜਿਉ ਉਠਣ ਦੀ ਅਦੇ ਸਦੀਪਕ ਨਿਯਾਉ ਦੀ ਪਰਮੇਸ਼ਰ ਚਾਹਤਾ ਅਸੀਂ ਇਹੋ ਹੀ ਕਰਾਂਗੇ ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਾਲੇ ਕੀਤੇ ਗਏ ਅਤੇ ਸੁਰਗੀ ਦਾਣ ਦਾ ਸਵਾਦ ਚਖਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਏ ਅਤੇ ਪਰਮੇਸ਼ਰ ਦੇ ਸੁਭ ਵਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚਖਿਆ ਅਤੇ ਮਗਰੋਂ ਬੇਮੁਖ ਹੋ ਗਏ ਤਾਂ ਉਹਨਾਂ ਤੋਂ ਫਿਰ ਨਵੇਂ ਸਿਰਿਓਂ ਤੋਬਾ ਕਰਾਉਣੀ અનਹੋਣੀ ਹੈ ਇਸ ਲਈ ਜੋ ਉਹ ਪਰਮੇਸ਼ਰ ਦੇ ਪੁੱਤਰ ਨੂੰ ਆਪਣੇ ਵੱਲੋਂ ਦੂਜੀ ਵਾਰ ਸਲੀਬੁੱਤੀ ਚੜਦੇ ਅਤੇ ਸ੍ਰੀ ਹਨ ਬੇਪਤ ਕਰਦੇ ਹਨ ਜਿਹੜੀ ਪੌ ਉਸ ਵਰਖਾ ਨੂੰ ਜੋ ਸਤੇ ਵਾਰ-ਵਾਰ ਪੈਂਦੀ ਹੈ ਪੀ ਗਈ ਅਤੇ ਜਿੰਨਾਂ ਲਈ ਵਾਹੀ ਜਾਂਦੀ ਹੈ ਉਹਨਾਂ ਦੇ ਜੋਗ ਸਾਗ-ਪੱਤ ਉਗਾਉਂਦੀ ਹੈ ਉਹਨੂੰ ਪਰਮੇਸ਼ਰ ਤੋਂ ਵਾਰ ਮਿਲਦਾ ਹੈ ਪਰ ਜੇ ਉਹ ਕੰਡਿਆਲੀਆਂ ਅਤੇ ਪਖੜੇ ਉਤਪਤ ਕਰੇ ਤਾਂ ਅਪਰਵਾਨ ਹੁੰਦੀ ਹੈ ਅਤੇ ਸਰਾਪੀ ਜਾਨ ਦੇ ਨੇੜੇ ਹੈ ਜਿਹਦਾ ਅੰਤ ਪਸੰਮ ਕੀਤਾ ਜਾਣਾ ਹੈ ਪਰ ਇਹ ਪਿਆਰਿਓ ਪਰ ਮੈਸੀ ਇਹ ਵਖਦੇ ਹਾਂ ਪਰ ਤੁਹਾਡੀ ਵੱਲੋਂ ਸਾਨੂੰ ਇਹਨਾਂ ਨਾਲੋਂ ਅੱਛੀਆਂ ਗੱਲਾਂ ਦੀ ਆਸ ਹੈ ਅਤੇ ਉਹਨਾਂ ਦੀ ਜੋ ਮੁਕਤੀ ਨਾਲ ਸਰਬੰਧ ਰੱਖਦੀਆਂ ਹਨ ਕਿਉਂ ਜੋ ਪਰਮੇਸ਼ਰ ਕਨਾਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹਦੇ ਨਾਮ ਨਾਲ ਵਿਖਾਇਆ ਭਈ ਤੁਸੀਂ ਸੰਤਾਂ ਦੀ ਸੇਵਾ ਕੀਤੀ ਨਾਲੇ ਕਰਦੇ ਵੀ ਹੋ ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹ ਜਿਹਾ ਯਤਨ ਕਰੇ ਤਾਂ ਜੋ ਕਿ ਤੁਸੀਂ ਆਲਸੀ ਨਾ ਹੋਵੋ ਸਗੋਂ ਉਹਨਾਂ ਦੀ ਰਿਸ ਕਰੋ ਜਿਹੜੇ ਨਿਚਾ ਅਤੇ ਤਿਰਛੇ ਰਾਹੀ ਵਾਜਿਆਂ ਦੇ ਅਧਿਕਾਰੀ ਹੁੰਦੇ ਹਨ ਜਦੋਂ ਪਰਮੇਸ਼ਰ ਨੇ ਅਬਰਾਹਮ ਨੂੰ ਬਚਨ ਦਿੱਤਾ ਤਾਂ ਇਸ ਕਰਕੇ ਜੋ ਆਪਣੇ ਨਾਲੋਂ ਵੱਡਾ ਕੋਈ ਨਾ ਵੇਖਿਆ ਜਿਹਦੀ ਉਹ ਸੌਖਾੰਦਾ ਉਹਨੇ ਆਪਣੀ ਹੀ ਸੌਖਾ ਕੇ ਆਖਿਆ ਭਈ ਮੈਂ ਤੈਨੂੰ ਬਰਕਤਾਂ ਦੇ ਬਰਕਤਾਂ ਦਿਆਂਗਾ ਅਤੇ ਤੇਰਾ ਵਾਅਦੇ ਤੇ ਵਾਅਦਾ ਕਰਾਂਗਾ ਇਸੇ ਤਰ੍ਹਾਂ ਉਹਨੇ ਤਿਰਛ ਕਰਕੇ ਉਸ ਦਿੱਤੇ ਹੋਏ ਬਚਨ ਨੂੰ ਪ੍ਰਾਪਤ ਕੀਤਾ ਮਨੁੱਖਤਾ ਆਪਣੇ ਨਾਲੋਂ ਕਿਸੇ ਵੱਡੀ ਦੀ ਸੌ ਖਾਂਦੇ ਹਨ ਅਤੇ ਉਹਨਾਂ ਦੇ ਹਰ ਇੱਕ ਝਗੜੇ ਵਿੱਚ ਸਬੂਤੀ ਲਈ ਸੌ ਖਾਣੀ ਬਸ ਹੈ ਇਸ ਕਰਕੇ ਜਦੋਂ ਪਰਮੇਸ਼ਰ ਨੇ ਵਾਇਦੇ ਦੇ ਅਧਿਕਾਰੀਆਂ ਉੱਤੇ ਆਪਣੀ ਮਨਸ਼ਾ ਨੂੰ ਹੋਰ ਵੀ ਅਟਲ ਕਰਕੇ ਪ੍ਰਗਟ ਕਰਨਾ ਚਾਹਿਆ ਤਾਂ ਵਿਚਾਲੇ ਸੌ ਲਿਆਂਦੀ ਭਈ ਦੋ ਅਟਲ ਗੱਲਾਂ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਝੂਠ ਬੋਲਣਾ ਅਨ ਹੋਣਾ ਹੈ ਸਾਨੂੰ ਪੱਕਾ ਦਿਲਾਸਾ ਮਿਲੇ ਜਿਹੜੇ ਆਪਣੇ ਸਾਹਮਣੇ ਰੱਖੀ ਹੋਈ ਆਸਾਂ ਨੂੰ ਪਰਲਣ ਲਈ ਭੱਜ ਕੇ ਪਨਾ ਲੈਂਦੇ ਹਾਂ ਅਤੇ ਉਹ ਆਸਾ ਮਨੁਸਾਦੀ ਜਾਨ ਦਾ ਲੰਗਰ ਹੈ ਜਿਹੜਾ ਅਚਲ ਅਤੇ ਇਸਤਰ ਹੈ ਅਤੇ ਉਸ ਥਾਂ ਵਿੱਚ ਪਹੁੰਚਦਾ ਹੈ ਜੋ ਪਰਦੇ ਦੇ ਅੰਦਰ ਹੈ ਜਿੱਤੇ ਯਿਸੂ ਨੇ ਆਗੂ ਬਣ ਕੇ ਸਾਡੇ ਲਈ ਪਰਵੇਸ਼ ਕੀਤਾ ਜਿਹੜਾ ਮਲਕੀ ਸਿੱਦਕ ਦੀ ਪਦਵੀ ਦੇ ਅਨੁਸਾਰ ਸਦਾ ਚੀਕ ਦਾ ਪ੍ਰਧਾਨ ਜਾਜਕ ਬਣਿਆ ਇਬਰਾਨੀਆਂ ਨੂੰ ਅਧਿਆਇ 7 ਅਤੇ ਇਹ ਮਲਕੀ ਸਿੱਦਕ ਸਲੇਮ ਦਾ ਰਾਜਾ ਅਤੇ ਅਤ ਮਹਾਨ ਦਾ ਜਾਜਕ ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਾ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹਨੂੰ ਅਸੀਸ ਦਿੱਤੀ ਜਿਹਨੂੰ ਅਬਰਾਹਮ ਨੇ ਸਭਨਾ ਵਸਤਾਂ ਦਾ ਦਸੌਂਦ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਂ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ ਫਿਰ ਸਲੇਮ ਦਾ ਰਾਜਾ ਵੀ ਅਰਥਾਤ ਸਲਾਮਤੀ ਦਾ ਰਾਜਾ ਜਿਹਦਾ ਨਾ ਪਿਤਾ ਨਾ ਮਾਤਾ ਨਕੂਲ ਪਤਰੀ ਹੈ ਜਿਹਦੇ ਨਾਂ ਦਿਨਾਂ ਦਾ ਨਾ ਆਦ ਦਾ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣ ਰਹਿਂਦਾ ਹੈ ਹੁਣ ਧਿਆਨ ਕਰੋ ਪਈਏ ਕਿਡਾ ਮਹਾਤਮਾ ਸੀ ਜਿਹਨੂੰ ਕਹਾਣੇ ਦੇ ਸਰਦਾਰ ਅਬਰਾਹਮ ਨੇ ਲੁੱਟਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸੌਂ ਦਿੱਤਾ ਅਤੇ ਲੇਵ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲੀ ਹੈ ਉਹਨਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣੇ ਭਰਾਵਾਂ ਤੋਂ ਭਾਵਿਓ ਅਬਰਾਹਮ ਦੀ ਅੰਸ਼ ਵਿੱਚੋਂ ਹਨ ਸ਼ਰਧ ਦੇ ਅਨੁਸਾਰ ਦਸੌਂ ਲੈਣ ਦਾ ਹੁਕਮ ਹੈ ਪਰ ਜਿਹਦੀ ਕੁਲਪਤਰੀ ਉਹਨਾਂ ਨਾਲ ਨਹੀਂ ਸੀ ਰਲਦੀ ਉਹਨੇ ਅਬਰਾਹਮ ਤੋਂ ਦਸੌਂਦ ਲਿਆ ਅਤੇ ਉਸ ਨੂੰ ਅਸੀਸ ਦਿੱਤੀ ਜਿਹਨੂੰ ਵਚਨ ਦਿੱਤੇ ਹੋਏ ਸਨ ਪਰ ਕੋਈ ਸ਼ੱਕ ਨਹੀਂ ਪਈ ਛੋਟੇ ਨੂੰ ਵੱਡੇ ਤੋਂ ਅਸੀਸ ਮਿਲਦੀ ਹੈ ਔਰ ਇੱਥੇ ਮਰਨ ਵਾਲੇ ਮਨੁੱਖ ਦਸੌਂਦ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਹਦੇ ਵਿਖੇ ਇਹ ਸਾਖੀ ਦਿੱਤੀ ਜਾਂਦੀ ਹੈ ਪਈ ਉਹ ਜਿਉਂਦਾ ਹੈ ਸੋ ਇਹ ਆਖਰ ਦੇ ਹਨ ਜੋ ਲੈ ਵੀ ਨੇ ਵੀ ਜਿਹੜਾ ਦਸੌਂਦ ਲੈਂਦਾ ਹੈ ਅਬਰਾਹਮ ਦੇ ਰਾਹੀਂ ਦਸੌਂਦ ਦਿੱਤਾ ਕਿਉਂ ਜੋ ਉਹ ਅਜੇ ਆਪਣੇ ਪਿਉ ਦੀ ਦੇ ਵਿੱਚ ਸੀ ਜਿਸ ਵੇਲੇ ਮਲਕੀ ਸਦਕ ਨੂੰ ਆ ਮਿਲਿਆ ਸੋ ਜੇ ਲੇਵੀ ਵਾਲੀ ਜਾਜਕਾਈ ਨਾਲ ਜਿਹਦੇ ਹੁੰਦਿਆਂ ਕੌਮਾਂ ਨੂੰ ਸ਼ਰਮ ਮਿਲੀ ਸੀ ਸੰਪੂਰਨ ਤਾਈ ਪ੍ਰਾਪਤ ਹੁੰਦੀ ਹੈ ਤਾਂ ਫਿਰ ਕਿ ਲੋੜ ਸੀ ਕਿ ਜੋ ਮਲਕੀ ਸਦਕ ਦੀ ਪਦਵੀ ਦੇ ਅਨਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਰੋਂ ਦੀ ਪਦਵੀ ਦੇ ਅਨਸਾਰ ਨਾ ਗਿਣਿਆ ਜਾਂਦਾ ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਸ਼ਰਮਾ ਦਾ ਵੀ ਬਦਲਣਾ அவਸ਼ਕ ਹੈ ਕਿਉਂਕਿ ਜਿਹਦੇ ਵਖੇ ਇਹ ਗੱਲਾਂ ਕਈਆਂ ਜਾਂਦੀਆਂ ਹਨ ਉਹ ਕਿਸੀ ਹੋਰ ਗੋਤ ਦਾ ਹੈ ਜਿਸ ਵਿੱਚ ਜਗਵਦੀ ਦੇ ਅੱਗੇ ਕਿੰਨੇ ਸੇਵਾ ਨਹੀਂ ਕੀਤੀ ਕਿਉਂਕਿ ਜੋ ਇਹ ਪ੍ਰਗਟ ਹੈ ਪਈ ਸਾਡਾ ਪ੍ਰਭੂ ਯੂਦਾ ਵਿੱਚੋਂ ਨਿਕਲਿਆ ਜਿਸ ਗੋਤਲੀ موسی ਨੇ ਜਾਜਕਾਂ ਦੇ ਵਿਖੇ ਕੁਝ ਨਹੀਂ ਆਖਿਆ ਅਤੇ ਜਦੋਂ ਮਲਕੀ ਸਿਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਹੈ ਜਿਹੜਾ ਸਰੀਰ ਦੇ ਸਰਬੰਧੀ ਹੁਕਮ ਦੇ ਅਨਸਾਰ ਨਹੀਂ ਪਰ ਅਵਨਾਸੀ ਜੀਵਨ ਦੀ ਸ਼ਕਤੀ ਦੇ ਅਨਸਾਰ ਬਣਿਆ ਹੈ ਤਾਂ ਸਾਡਾ ਕਹਿਣਾ ਹੋਰ ਵੀ ਸਾਫ਼ ਹੁੰਦਾ ਹੈ ਕਿਉਂ ਜੋ ਇਹ ਸਾਖ ਦਿੱਤੀ ਹੋਈ ਹੈ ਤੂੰ ਮਲਕੀ ਸਦਕ ਦੀ ਪਦਵੀ ਦੇ ਅਨੁਸਾਰ ਸਦਾ ਤਿਕਦਾ ਚਾਜਕ ਹੈ ਅਗਲਾ ਹੁਕਮ ਨਤਾਣਾ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ ਕਿਉਂਕਿ ਸ਼ਰਾਂ ਨੇ ਕੁਝ ਵੀ ਸੰਪੂਰਨ ਨਹੀਂ ਕੀਤਾ ਅਤੇ ਉਹਦੇ ਥਾਂ ਉਸ ਨਾਲੋਂ ਇੱਕ ਚੰਗੀ ਆਸਾ ਰੱਖੀ ਹੋਈ ਹੈ ਜਿਹਦੇ ਰਾਹੀਂ ਅਸੀਂ ਪਰਮੇਸ਼ਰ ਦੇ ਨੇੜੇ ਆਪੜਦੇ ਹਾਂ ਅਤੇ ਇਹ ਬਿਨਾ ਸੌਖਾ ਦੇ ਨਾ ਬਣਿਆ ਕਿਉਂ ਜੋ ਉਹ ਬਿਨਾ ਸੌਖਾ ਦੇ ਚਾਜਕ ਬਣੇ ਹਨ ਪਰ ਇਹ ਸੌਖਾਨ ਵਾਲਾ ਉਸ ਤੋਂ ਬਣਿਆ ਜਿੰਨ ਉਸ ਨੂੰ ਆਖਿਆ ਪ੍ਰਭੂ ਨੇ ਸੌਖਾ ਦੀ ਅਤੇ ਉਹ ਨਹੀਂ ਬਦਲੇਗਾ ਤੂੰ ਸਦਾ ਤੀਕ ਦਾ ਜਾਜਕ ਹੈ ਸੋ ਯਿਸੂ ਇੱਕ ਹੋਰ ਵੀ ਉੱਤਮ ਨਿਯਮ ਦਾ ਜਾਮਨ ਬਣਿਆ ਫਿਰ ਉਹ ਤਾਂ ਬਹੁਤੇ ਜਾਜਕ ਬਣੇ ਸਨ ਇਸ ਲਈ ਜੋ ਮੌਤ ਨੇ ਉਹਨਾਂ ਨੂੰ ਟਿਕਣ ਨਾ ਦਿੱਤਾ ਪਰ ਇਹ ਸਦਾ ਤੀਕ ਜੋ ਰਹਿੰਦਾ ਹੈ ਇਸ ਕਰਕੇ ਇਹਦੀ ਜਾਜਕਈ ਅਟਲ ਹੈ ਇਸ ਲਈ ਉਹ ਉਹਨਾਂ ਦਾ ਜਿਹੜੇ ਉਹਦੇ ਰਾਹੀਂ ਪਰਮੇਸ਼ਰ ਦੇ ਕੋਲ ਆਉਂਦੇ ਹਨ ਪੂਰਾ ਨਿਸ਼ਤਾਰਕ ਕਰ ਸਕਦਾ ਹੈ ਕਿਉਂ ਜੋ ਉਹ ਉਹਨਾਂ ਦੀ ਸਫਾਰਿਸ਼ ਕਰਨ ਨੂੰ ਸਦਾ ਜਉਂਦਾ ਹੈ ਇਹੋ ਜਿਹਾ ਪ੍ਰਦਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ નિર્ਦੋਸ਼ ਨਿਰਮਲ ਪਾਪੀਆਂ ਤੋਂ ਨਿਆਰਾ ਅਤੇ ਆਕਾਸ਼ ਤੋਂ ਉੱਚਾ ਕੀਤਾ ਹੋਇਆ ਹੋਵੇ ਜੀਨੂੰ ਉਹਨਾਂ ਪ੍ਰਦਾਨ ਜਾਜਕਾਂ ਵਾਂਗੂ ਲੋੜਨੀ ਪਈ ਪਹਿਲਾਂ ਆਪਣੇ ਅਤੇ ਫਿਰ ਪਰਜਦਿਆਂ ਪਾਪਾਂ ਲਈ ਬਲੀਦਾਨ ਨਿਤ ਚੜਾਇਆ ਕਰੇ ਕਿਉਂ ਜੋ ਉਹ ਇੱਕ ਵਾਰ ਇਹ ਕਰ ਗੁਜ਼ਰੀਆ ਜਦੋਂ ਆਪਣੇ ਆਪ ਨੂੰ ਚੜਾ ਦਿੱਤਾ ਸ਼ਰਾਤਾ ਮਨੁੱਖਾਂ ਨੂੰ ਜਿਹੜੇ ਨੇ ਤਾਣੇ ਹਨ ਪ੍ਰધાન ਜਾਜਕ ਠਰਉਂਦੀ ਹੈ ਪਰ ਸੌ ਦਾ ਬਚਨ ਜਿਹੜਾ ਸ਼ਰਾ ਦੇ ਮਗਰੋਂ ਹੋਇਆ ਸੀ ਪੁੱਤਰ ਨੂੰ ਜੋ ਸਦਾ ਤਿਕ ਸਿੱਧ ਕੀਤਾ ਹੋਇਆ ਹੈ ਇਬਰਾਨੀਆਂ ਨੂੰ ਅਧਿਆਇ 8 ਹੁਣ ਜਿਹੜੀਆਂ ਗੱਲਾਂ ਅਸੀਂ ਆਪਣੇ ਪਏ ਆਖਦੇ ਹਾਂ ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇਹੋ ਜਿਹਾ ਇੱਕ ਪ੍ਰધાન ਜਾਜਕ ਹੈ ਜਿਹੜਾ ਆਕਾਸ਼ਾਂ ਉੱਤੇ ਵਾਗਰੂ ਦੇ ਸੰਗਸਣ ਦੇ ਸੱਜੇ ਪਾਸੇ ਬਿਰਾਜਮਾਨ ਹੈ ਉਹ ਪਵਿੱਤਰ ਸਥਾਨ ਦਾ ਅਤੇ ਉਸ ਅਸਲ ਡੇਰੇ ਦਾ ਉਪਾਸਕ ਹੈ ਜੀਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੂ ਨੇ ਗੱਡਿਆ ਹਰ ਇੱਕ ਪ੍ਰਦਾਨ ਜਾਜਕ ਭੇਟਾਂ ਅਤੇ ਬਲੀਦਾਨ ਚੜਾਉਣ ਨੂੰ ਥਾਪਿਆ ਜਾਂਦਾ ਹੈ ਇਸ ਕਾਰਨ ਲੋੜੀਦਾ ਸੀ ਭਈ ਇਹਦੇ ਕੋਲ ਵੀ ਚੜਾਉਣ ਨੂੰ ਕੁਝ ਹੋਵੇ ਜੋ ਤਰਤੀ ਉਤੇ ਹੁੰਦਾ ਤਾਂ ਜਾਜਕ ਹੁੰਦਾ ਹੀ ਨਾ ਇਸ ਲਈ ਜੋ ਸ਼ਰਧ ਦੇ ਅਨੁਸਾਰ ਭੇਟਾਂ ਚੜਾਉਣ ਵਾਲੇ ਤਾਂ ਹੁੰਦੇ ਹੀ ਹਨ ਜਿਹੜੇ ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇਂ ਦੀ ਸੇਵਾ ਕਰਦੇ ਹਨ ਜਿਵੇਂ ਮੂਸਾ ਨੂੰ ਪਰਮੇਸ਼ਰ ਵੱਲੋਂ ਹੁਕਮ ਮਿਲਿਆ ਜਾਂ ਡੇਰਾ ਬਣਾਉਣ ਲੱਗਾ ਕਿ ਵੇਖਣਾ ਜਿਹੜਾ ਨਮੂਨਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ ਉਸੇ ਦੇ ਅਨੁਸਾਰ ਤੂੰ ਸਭ ਕੁਝ ਬਣਾਵੀਂ ਪਰ ਹੁਣ ਜਿਨ੍ਹਾਂ ਕੋ ਉਹ ਅਗਲੇ ਨਾਲੋਂ ਇੱਕ ਉੱਤਮ ਨੇਮ ਦਾ ਵਿਚੋਲਾ ਹੋਇਆ ਜਿਹੜਾ ਚੰਗੇ ਬਾਜਾਂ ਉੱਤੇ ਬੰਨਿਆ ਹੋਇਆ ਹੈ انہੀ ਉਹਨੂੰ ਚੰਗੀ ਸੇਵਕਾਈ ਮਿਲੀ ਪਰ ਜੇ ਉਹ ਪਹਿਲਾ ਨੇਮ ਬੇਨੁਕਸ ਹੁੰਦਾ ਤਾਂ ਦੂਈਲੀ ਥਾਣਾ ਭਾਲੀ ਜਾਂਦੀ ਕਿਉਂਕਿ ਉਹ ਉਹਨਾਂ ਉੱਤੇ ਊਜ ਲਾ ਕੇ ਕਹਿੰਦਾ ਹੈ ਵੇਖੋ ਉਹ ਦਿਨ ਆ ਰਹੇ ਹਨ ਪ੍ਰਭੂ ਆਖਦਾ ਹੈ ਮੈਂ ਇਸਰਾਇਲ ਦੇ ਘਾਣੇ ਨਾਲ ਅਤੇ ਯੂਦਾਹ ਦੇ ਘਾਣੇ ਨਾਲ ਇੱਕ ਨਾਮ ਬਨਾਂਗਾ ਉਸ ਨਾਮ ਵਾਂਗੂ ਨਹੀਂ ਜਿਹੜਾ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਬਨਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਤ ਵਿੱਚੋਂ ਬਾਹਰ ਲਿਆਇਆ ਉਹ ਤਾਂ ਮੇਰੇ ਨਾਮ ਉਤੇ ਕਾਇਮ ਨਾ ਰਹੇ ਅਤੇ ਮੈਂ ਉਹਨਾਂ ਦੀ ਕੁਝ ਪ੍ਰਵਾਹ ਨਾ ਕੀਤੀ ਪ੍ਰਭੂ ਆਖਦਾ ਹੈ ਇਹ ਉਹ ਨਾਮ ਹੈ ਜਿਹੜਾ ਮੈਂ ਇਸਰਾਇਲ ਦੇ ਘਾਣੇ ਨਾਲ ਬਨਾਂਗਾ ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ ਅਤੇ ਉਹਨਾਂ ਦੀਆਂ ਹਿਰਦਿਆਂ ਉੱਤੇ ਉਹਨਾਂ ਨੂੰ ਲਿਖਾਂਗਾ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਹਰ ਕੋਈ ਆਪਣੇ ਵਤਨੀ ਨੂੰ ਨਹੀਂ ਸਿਖਾਵੇਗਾ ਨਾ ਹਰ ਕੋਈ ਆਪਣੇ ਭਾਈ ਨੂੰ ਇਹ ਕਹਿ ਕੇ ਭਈ ਪ੍ਰਭੂ ਨੂੰ ਜਾਣੋ ਕਿਉਂਕਿ ਜੋ ਸਭੇ ਮੈਨੂੰ ਜਾਣਨਗੇ ਉਹਨਾਂ ਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਂ ਤਾਂ ਉਹਨਾਂ ਦੇ ਕੁਦਰਮਾ ਉਤੇ ਤਰਸਵਾਨ ਹੋਵਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਫਿਰ ਕਦੇ ਚੇਤੇ ਨਾ ਕਰੰਗਾ ਜਦੋਂ ਉਹਨੇ ਨਵਾਂ ਨਾਮ ਆਖਿਆ ਤਾਂ ਪਹਿਲੇ ਨੂੰ ਪੁਰਾਣਾ ਠਰਾਇਆ ਹੈ ਪਰ ਜੋ ਕੁਝ ਪੁਰਾਣਾ ਹੋਇਆ ਅਤੇ ਚਿਰਕਾਲ ਦਾ ਹੈ ਉਹ ਅਲੋਪ ਹੋਣ ਦੇ ਨੇੜੇ ਹੈ ਇਬਰਾਨੀਆਂ ਨੂੰ ਅਧਿਆਇ 9 ਸੋ ਪਹਿਲੇ ਨੇਮ ਵਿੱਚ ਵੀ ਬੰਦਗੀ ਦੀਆਂ ਵਿਧੀਆਂ ਅਤੇ ਇੱਕ ਸੰਸਾਰਕ ਪਵਿੱਤਰ ਸਥਾਨ ਹੈ ਸੀ ਕਿਉਂ ਜੋ ਇੱਕ ਦੰਬੂ ਬਣਾਇਆ ਗਿਆ ਅਰਥਾਤ ਪਹਿਲਾ ਜਿਹਦੇ ਵਿੱਚ ਸਮਾਦਾਨ ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ ਇਹ ਪਵਿੱਤਰ ਸਥਾਨ ਸੁਦਾਉਂਦਾ ਹੈ ਅਤੇ ਦੋਹੇ ਪਰਦੇ ਦੇ ਅੰਦਰ ਉਹ ਤੰਬੂ ਸੀ ਜਿਹੜਾ ਅਤਿ ਪਵਿੱਤਰ ਸਥਾਨ ਸੁਦਾਉਂਦਾ ਹੈ ਜਿਹਦੇ ਵਿੱਚ ਤੂਪ ਦਿਖਾਉਣ ਦੀ ਸੁਨਹਿਰੀ ਜਗਵੇਦੀ ਸੀ ਅਤੇ ਨੀਮ ਦਾ ਸੰਦੂਕ ਜਿਹੜਾ ਆਲੇ ਦੁਆਲੇੋਂ ਸੋਨੇ ਨਾਲ ਮੜਿਆ ਹੋਇਆ ਸੀ ਜਿਸ ਵਿੱਚ ਮਰਨ ਦਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਰੂਨ ਦੀ ਚਿਟੀ ਜਿਸ ਵਿੱਚੋਂ ਲਗਰਾਂ ਫੁੱਟ ਨਿਕਲੀਆਂ ਅਤੇ ਨੀਮ ਦੀਆਂ ਪੱਟੀਆਂ ਸਨ ਅਤੇ ਉਹਦੇ ਉੱਪਰ ਤੇਜ ਦੇ ਕਰੂਬੀ ਸਨ ਜਿਨ੍ਹਾਂ ਪ੍ਰਾਚੀਨ ਦਿੱਥਾਂ ਤੇ ਛਾਇਆ ਕੀਤੀ ਹੋਈ ਸੀ ਜਿਨ੍ਹਾਂ ਅਵਸਥਾਂ ਦੇ ਇੱਕ ਇੱਕ ਕਰਕੇ ਬਿਆਨ ਕਰਨ ਦਾ ਹੁਣ ਵਿੜਾ ਨਹੀਂ ਸੋ ਜਾਂ ਇਹ ਅਵਸਥਾਂ ਇਉਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਤੰਬੂ ਦੇ ਅੰਦਰ ਜਾਜਕ ਨਿਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ ਪਰ ਦੂਰੇ ਦੇ ਅੰਦਰ ਇੱਕ ਅੱਲਾ ਪ੍ਰধান ਜਾਜਕ ਵਰੇ ਦਿਨਾਂ ਪਿੱਛੋਂ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਿਨਾਂ ਨਹੀਂ ਜਿਨੂੰ ਆਪਣੀਆਂ ਅਤੇ ਪ੍ਰਜਾ ਦੀਆਂ ਭੁੱਲ ਚੁੱਕਾਂ ਲਈ ਚੜਾਉਂਦਾ ਸੀ ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਪਈ ਪੁੱਤਰ ਸਥਾਨਾ ਦਾ ਰਾ ਅਜੇ ਖੁੱਲਾ ਨਹੀਂ ਸੀ ਹੋਇਆ ਜਿੰਨਾ ਚਿਰ ਪਹਿਲਾ ਡੇਰਾ ਖਲੋਤਾ ਸੀ ਜਿਹੜਾ ਇਸ ਵਰਤਮਾਨ ਸਮੇ ਲਈ ਇੱਕ ਦਿਸਤਾਂਤ ਹੈ ਜਿਦੇ ਅਨੁਸਾਰ ਇਹੋ ਜਿਹੀਆਂ ਭੇਟਾਂ ਅਤੇ ਬਲੀਦਾਨ ਚੜਾਈ ਜਾਂਦੇ ਸਨ ਜੋ ਭਜਨ ਕਰਨ ਵਾਲੇ ਦੇ ਅੰਤ ਕਰਨ ਨੂੰ ਕਾਬਿਲ ਨਹੀਂ ਕਰ ਸਕਦੇ ਇਹ ਖਾਣ ਪੀਣ ਅਤੇ ਭਾਂਤ-ਪਾਂਤ ਦੇ ਅਸ਼ਨਾਨਾ ਸਣੇ ਨਿਹਰੀਆਂ ਸਰੀਰਕ ਵਿਧੀਆਂ ਹਨ ਜਿਹੜੀਆਂ ਸੁਧਾਰਨ ਦੇ ਸਮੇਂ ਤੇ ਠਰਾਈਆਂ ਗਈਆਂ ਸਨ ਪਰ ਜਾਂ ਮਸੀਹ ਆਉਣ ਵਾਲੀਆਂ ਉਤਮ ਵਸਤਾ ਦਾ ਪ੍ਰধান ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰੇ ਡੇਰੇ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ ਉਹ ਬੱਕਰੀਆਂ ਅਤੇ ਬੱਚਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾ ਦੇ ਅੰਦਰ ਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ਕਿਉਂਕਿ ਜੇ ਬੱਕਰੀਆਂ ਅਤੇ ਵੈੜਿਆਂ ਦਾ ਲਹੂ ਅਤੇ ਵੈੜ ਦੀ ਸੁਹਾ ਜਿਹੜੀ ਪ੍ਰਸ਼ਟਾ ਉਤੇ ਢੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪੂਤਰ ਕਰਦੀ ਹੈ ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜਿਨੇ ਸਦੀਪਕ ਆਤਮਾ ਦੇ ਰਾਹੀ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਦੇ ਅੱਗੇ ਚੜਾਇਆ ਅਤੇ ਅੰਤਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਈ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ ਇਸੇ ਕਾਰਨ ਉਹ ਨਵੇਂ ਨਿਯਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨਿਯਮ ਦੀ ਅਪਰਾਧਾਂ ਤੋਂ ਛਡਾਉਂਦੀ ਹੈ ਭਈ ਉਹ ਜਿਹੜੇ ਸਦੇ ਹੋਏ ਹਨ ਸਦੀਪਕਾਲ ਦੇ ਵਿਰਸੇ ਦੇ ਵਾਧੇ ਨੂੰ ਪ੍ਰਾਪਤ ਕਰਨ ਜਿੱਥੇ ਵਸੀਅਤ ਹੈ ਉਥੇ ਉਹਦੇ ਕਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ ਕਿਉਂਕਿ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ ਇਸ ਕਰਕੇ ਪਹਿਲਾ ਨਿਯਮ ਵੀ ਲਹੂ ਬਿਨਾ ਨਹੀਂ ਕੀਤਾ ਗਿਆ ਕਿਉਂਕਿ ਜਾਂ موسی ਅਸ਼ਰਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਹਟਿਆ ਤਾਂ ਬੱਚਿਆਂ ਅਤੇ ਬੱਕਰਿਆਂ ਦਾ ਲਹੂ ਪਾਣੀ ਅਤੇ ਕਿਰਮਚੀ ਉਨ ਅਤੇ ਜੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰੇ ਲੋਕਾਂ ਉੱਤੇ ਛਿੜਕ ਕੇ ਆਖਿਆ ਭਈ ਇਹ ਉਸ ਨੇਮ ਦਾ ਲਹੂ ਹੈ ਜਿਹਦਾ ਪਰਮੇਸ਼ਰ ਨੇ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਇਸੇ ਤਰ੍ਹਾਂ ਉਹਨੇ ਤੰਬੂ ਉੱਤੇ ਅਤੇ ਸਿਵਕਾਈ ਦੀ ਸਾਰੀ ਸਮੱਗਰੀ ਉੱਤੇ ਲਹੂ ਛਿੜਕਿਆ ਅਤਿ ਸ਼ਰਧ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫੀ ਨਹੀਂ ਹੁੰਦੀ ਸੋ ਅਵਸ਼必要 ਭਈ ਸੁਰਗੀ ਵਿਚਲੀਆਂ ਵਸਤਾਂ ਦੇ ਨਮੂਨੇ ਇਹਨਾਂ ਨਾਲ ਪਰ ਸੁਰਗੀ ਵਸਤਾਂ ਆਪ ਹੀ ਇਨ ਨੂੰ ਉੱਤਮ ਬਲਦਾਨਾਂ ਨਾਲ ਸ਼ੁੱਧ ਕੀਤਾ ਜਾਣ ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸੁਰਗ ਵਿੱਚ ਹੀ ਗਿਆ ਭਈ ਹੁਣ ਸਾਡੇ ਲਈ ਪਰਮੇਸ਼ਰ ਦੇ ਸਾਹਮਣੇ ਪੇਸ਼ ਹੋਵੇ ਅਤੇ ਇਹ ਨਹੀਂ ਭਈ ਉਹ ਆਪਣੇ ਆਪ ਨੂੰ ਵਾਰ-ਵਾਰ ਚੜਾਵੇ ਜਿਵੇਂ ਪ੍ਰਧਾਨ ਜਾਜਕ ਪਵਿੱਤਰ ਸਥਾਨ ਦੇ ਅੰਦਰ ਵਰੇ ਦੇ ਵਰੇ ਦੂਜੇ ਦਾ ਲਹੂ ਲੈ ਕੇ ਜਾਂਦਾ ਹੁੰਦਾ ਸੀ ਇਓ ਉਹਨਾਂ ਜਗਤ ਦੇ ਮੁੱਢੋਂ ਵਾਰ-ਵਾਰ ਦੁੱਖ ਭੁਗਟਣਾ ਪੈਂਦਾ ਪਰ ਹੁਣ ਜੋ ਗਰਦੀ ਅੰਤ ਵਿੱਚ ਉਹ ਇੱਕੋ ਵਾਰ ਪ੍ਰਗਟ ਹੋਇਆ ਭਈ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਰਾਇਆ ਹੋਇਆ ਹੈ ਅਤੇ ਉਹਦੇ ਪਿੱਛੋਂ ਨ્યાਅ ਹੁੰਦਾ ਹੈ। ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨੂੰ ਉਡਿੱਕਦੇ ਹਨ ਪਾਪ ਦੇ ਕੰਮ ਤੋਂ ਅੱਢ ਹੋ ਕੇ ਮੁਕਤੀ ਲਈ ਦੁਵੀਂ ਵਾਰ ਪ੍ਰਗਟ ਹੋਵੇਗਾ। ਇਬਰਾਨੀਆਂ ਨੂੰ ਅਧਿਆਇ 10 ਸ਼੍ਰਾ ਜਿਹੜੀ ਔਨ ਵਾਲੀ ਚੰਗੀ ਅਵਸਥਾ ਦਾ ਪ੍ਰਚਾਵਾ ਹੀ ਹੈ ਪਰ ਉਹਨਾਂ ਵਸਤਾਂ ਦਾ ਅਸਲੀ ਰੂਪ ਨਹੀਂ ਕੋਲ ਆਉਣ ਵਾਲਿਆਂ ਨੂੰ ਜਿਹੜੇ ਵਰੇ ਦੇ ਵਰੇ ਸਦਾ ਇੱਕੋ ਪ੍ਰਕਾਰ ਦੇ ਬਲਿਦਾਨ ਚੜਾਉਂਦੇ ਹਨ ਕਦੇ ਕਾਮਿਲ ਨਹੀਂ ਕਰ ਸਕਦੀ ਹੈ ਨਹੀਂ ਤਾਂ ਕਿ ਉਹਨਾਂ ਦੇ ਚੜਾਉਣਾ ਬੰਦ ਨਾ ਹੋ ਜਾਂਦਾ ਇਸ ਕਾਰਨ ਕਿ ਜੇ ਉਹ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾ ਪਰ ਇਹਨਾਂ ਬਲਿਦਾਨਾਂ ਤੋਂ ਵਰੇ ਦੇ ਬਾਰੇ ਪਾਪ ਚਿੱਤੇ ਆਉਂਦੇ ਹਨ ਕਿਉਂ ਜੋ ਅਨ ਹੋਣਾ ਹੈ ਪਈ ਵੜਕਾਂ ਅਤੇ ਬਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ ਇਸ ਲਈ ਉਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ ਬਲੀਦਾਨ ਅਰਪੇਟ ਨੂੰ ਨਹੀਂ ਚਾਇਆ ਪਰ ਮੇਰੇ ਲਈ ਦੇਹੀ ਤਿਆਰ ਕੀਤੀ ਹੋਮ ਬਲੀ ਔਰ ਪਾਪ ਬਲੀ ਤੋਂ ਤੂੰ ਪਸੰਦ ਨਹੀਂ ਹੁੰਦਾ ਤਦ ਮੈਂ ਆਖਿਆ ਵੇਖ ਮੈਂ ਆਇਆ ਹਾਂ हे ਪਰਮੇਸ਼ਰ ਪਈ ਤੇਰੀ ਇੱਛਾ ਨੂੰ ਪੂਰਿਆ ਕਰਾਂ ਜਿਵੇਂ ਪੁਸਤਕ ਦੀ ਪਥਰੀ ਵਿੱਚ ਮੇਰੇ ਵਿਖੇ ਲਿਖਿਆ ਹੋਇਆ ਹੈ ਉੱਪਰ ਜੋ ਕਹਿੰਦਾ ਹੈ ਪਈ ਤੈਂ ਬਲੀਦਾਨਾਂ ਭੇਟਾਂ ਹੋਮ ਬਲੀਆਂ ਔਰ ਪਾਪ ਬਲੀਆਂ ਨੂੰ ਨਾ ਚਾਇਆ ਨਾ ਉਹਨਾਂ ਤੋਂ ਪ੍ਰਸੰਨ ਹੋਇਆ ਪਰ ਇਹ ਸ਼ਰਧ ਦੇ ਅਨੁਸਾਰ ਚੜਾਏ ਜਾਂਦੇ ਹਨ ਤਦ ਉਹਨਾਂ ਆਖਿਆ ਵੇਖ ਮੈਂ ਤੇਰੀ ਇੱਛਾ ਨੂੰ ਪੂਰਿਆ ਕਰਨ ਆਇਆ ਹਾਂ ਉਹ ਪਹਿਲੇ ਨੂੰ ਹਟਾਉਂਦਾ ਹੈ ਪੁਈ ਦੂਏ ਨੂੰ ਕਾਇਮ ਕਰੇ ਅਤੇ ਉਸੇ ਇੱਛਾ ਕਰਕੇ ਅਸੀਂ ਮਸੀਹ ਯਿਸੂ ਦੀ ਦੇਹੀ ਦੇ ਇੱਕੋ ਵਾਰ ਚੜਾਏ ਜਾਣ ਦੇ ਰਾਹੀ ਪਵਿੱਤਰ ਕੀਤੇ ਗਏ ਹਾਂ ਅਤੇ ਹਰੇਕ ਜਾਜਕ ਨਿਤ ਖੜਾ ਹੋ ਕੇ ਉਪਾਸਨਾ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲਿਦਾਨ ਜਿਹੜੇ ਪਾਪਾ ਨੂੰ ਕਦੇ ਲੈ ਜਾਣੇ ਸਕਦੇ ਵਾਰ-ਵਾਰ ਚੜਾਉਂਦਾ ਹੈ ਪਰ ਇਹ ਪਾਪਾ ਨੇ ਬਦਲੇ ਇੱਕੋ ਬਲਿਦਾਨ ਸਦਾ ਲਈ ਚੜਾ ਕੇ ਪਰਮੇਸ਼ਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਇਹਦੋਂ ਅੱਗੇ ਉਡੀ ਕਰਦਾ ਹੈ ਜੋ ਉਹਦੇ ਵੈਰੀ ਉਹਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ ਕਿਉਂਕਿ ਜੋ ਉਹਨੇ ਇੱਕੋ ਪੇਟ ਨਾਲ ਉਹਨਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਅਤੇ ਪਵਿੱਤਰ ਆਤਮਾ ਵੀ ਸਾਨੂੰ ਸਾਖੀ ਦਿੰਦਾ ਹੈ ਕਿਉਂ ਜੋ ਇਹਦੀ ਮਗਰੋਂ ਜਦਾ ਆਖਿਆ ਸੀ ਇਹ ਉਹ ਨੀਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨਾਂਗਾ ਉਹਨਾਂ ਦਿਨਾਂ ਦੇ ਮਗਰੋਂ ਪ੍ਰਭੂ ਆਖਦਾ ਹੈ ਮੈਂ ਆਪਣੇ ਕਾਨੂੰਨ ਉਹਨਾਂ ਦੀਆਂ ਹਿਰਦਿਆਂ ਉੱਤੇ ਪਾਵਾਂਗਾ ਅਤੇ ਉਹਨਾਂ ਦੇ ਮਨਾਂ ਉੱਤੇ ਉਹਨਾਂ ਨੂੰ ਲਿਖਾਂਗਾ ਅਤੇ ਉਹਨਾਂ ਦੇ ਪਾਪਾਂ ਨੂੰ ਅਤੇ ਉਹਨਾਂ ਦੀਆਂ ਬਦਕਾਰੀਆਂ ਨੂੰ ਫੇਰ ਕਦੇ ਚੇਤੇ ਨਾ ਕਰਾਂਗਾ ਸੋ ਜਿੱਥੇ ਇਹਨਾਂ ਦੀ ਮਾਫੀ ਹੈ ਉੱਥੇ ਪਾਪਲੀ ਫੇਰ ਪੇਟ ਨਹੀਂ ਚੜ੍ਹ ਜਾਂਦੀ ਉਪਰੰਤ ਇਹ ਪ੍ਰਾਵੋ ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਅਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ ਅਰਥਾਤ ਉਸ ਨਵੇਂ ਅਤਿ ਜੋਉਂਦੇ ਰਾਥੀ ਜਿਹੜਾ ਉਹਨੇ ਪੜ੍ਹਦੇ ਮਨ ਨੂੰ ਆਪਣੇ ਸਰੀਰ ਥਾਣੀ ਸਾਡੇ ਲਈ ਖੋਲਿਆ ਅਤੇ ਜਦੋਂ ਸਾਡਾ ਇੱਕ ਮਹਾਜਾਜਕ ਹੈ ਜਿਹੜਾ ਪਰਮੇਸ਼ਰ ਦੇ ਘਰ ਦੇ ਉੱਤੇ ਹੈ ਤਾਂ ਆਓ ਅਸੀਂ ਸੱਚੇ ਦਿਲ ਅਤੇ ਪੂਰੀ ਨਿਚਾ ਨਾਲ ਜਦੋਂ ਸਾਡੇ ਦਿਲ ਅਸ਼ੁੱਧ ਅੰਤਕਰਣ ਤੋਂ ਛਿੜਕਾਉ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਧੁਲਾਈ ਗਈ ਜਿਹੜੇ ਜਾਈਏ ਅਸੀਂ ਆਸ ਦੇ ਸੱਚੇ ਇਕਰਾਰ ਨੂੰ ਤਕੜਾਈ ਨਾਲ ਫੜੀ ਰੱਖੀਏ ਕਿਉਂਕਿ ਜਿਨੇ ਵਾਅਦਾ ਕੀਤਾ ਹੈ ਉਹ ਵਫਾਦਾਰ ਹੈ ਅਤੇ ਪ੍ਰੇਮ ਔਰ ਸ਼ੁਭਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਉਹ ਉਹਨਾਂ ਹੀ ਵਧੀਕ ਹੋਵੇ ਜਿਨ੍ਹਾਂ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ ਜੇ ਅਸੀਂ ਸਤ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਨਬੁਝਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਿਮਿਤ ਫੇਰ ਕੋਈ ਬਲਦਾਨ ਨਹੀਂ ਪਰ ਨਿਆਉ ਦੀ ਭਿਆਨਕ ਉਢੀਕ ਅਤੇ ਅਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ phsam ਕਰ ਦੇਵੇਗੀ ਜਿਸ ਕਿਸੇ ਨੇ ਮੂਸਾ ਦੀ ਸ਼ਰਧ ਦੀ ਟਾਲਣਾ ਕੀਤੀ ਹੋਵੇ ਉਹ ਦੋਂ ਜਾਂ ਤਿਉ ਗਵਾਹਾਂ ਦੀ ਗਵਾਹੀ ਨਾਲ ਬਿਨਾ ਤਰਸ ਕੀਤਿਆ ਮਾਰਾ ਜਾਂਦਾ ਹੈ ਤਾਂ ਤੁਹਾਡੇ ਖਿਆਲ ਵਿੱਚ ਉਹ ਕਿਨੂਕ ਹੋਰ ਵੀ ਤਕੜੀ ਸਜ਼ਾ ਦੇ ਯੋਗ ਠਹਿਰਾ ਜਾਵੇਗਾ ਜਿਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੀਯਮ ਦਾ ਲਹੂ ਜਿਹਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਐਵੇਂ ਕਿਵੇਂ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਅਪਜਸ ਕੀਤਾ ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਨ੍ਹਾਂ ਆਖਿਆ ਪਈ ਬਦਲਾ ਲੈਣਾ ਮੇਰਾ ਕੰਮ ਹੈ ਮੈਂ ਹੀ ਵਟਾ ਲਾਵਾਂਗਾ ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ ਜੋ ਉਹਦੇ ਪਰਮੇਸ਼ਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ਪਰ ਪਹਿਲਾਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਾਲੇ ਕੀਤੇ ਜਾਣ ਦੇ ਪਿੱਛੋਂ ਤੁਸੀਂ ਦੁੱਖਾਂ ਦੇ ਵੱਡੇ ਗੋਲਮ ਗੋਲੇ ਨੂੰ ਸਹਿ ਲਿਆ ਕਦੀ ਤਾਂ ਤੁਸੀਂ ਨਿੰਦਿਆ ਅਤੇ ਵਿਪਤਾ ਦੇ ਕਾਰਨ ਤਮਾਸ਼ਾ ਬਣੇ ਅਤੇ ਕਦੀ ਉਹਨਾਂ ਦੇ ਸਾਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ ਕਿਉਂ ਜੋ ਤੁਸੀਂ ਕੈਦਿਆਂ ਦੇ ਦਰਦੀ ਹੋਏ ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਨਾਲ ਮੰਨ ਲਿਆ ਇਹ ਜਾਣ ਕੇ ਕਿ ਸਾਡਾ ਇੱਕ ਧਨ ਇਸ ਨਾਲ ਉੱਤਮ ਅਤੇ ਅਟਲ ਹੈ ਸੋ ਤੁਸੀਂ ਆਪਣੀ ਦਲੇਰੀ ਨੂੰ ਕਿਤੇ ਗਵਾਨ ਬੈਠਣਾ ਕਿ ਉਹਦਾ ਵੱਡਾ ਫਲ ਹੈ ਕਿਉਂ ਜੋ ਤੁਹਾਨੂੰ ਤਿਰਜ ਕਰਨ ਦੀ ਲੋੜ ਹੈ ਪਹਿ ਤੂੰ ਸੀ ਪਰਮੇਸ਼ਰ ਦੀ ਇੱਛਾ ਨੂੰ ਪੂਰੀਆਂ ਕਰਕੇ ਵਾਅਦੇ ਨੂੰ ਪ੍ਰਾਪਤ ਕਰੋ ਇਹ ਲਿਖਿਆ ਹੈ ਹੁਣ ਥੋੜਾ ਜਿਹਾ ਚਿਰ ਹੈ ਜੋ ਆਉਣ ਵਾਲਾ ਆਵੇਗਾ ਅਤੇ ਚਿਰ ਨਾ ਲਾਵੇਗਾ ਪਰ ਮੇਰਾ ਧਰਮੀ ਬੰਦਾ ਨਿਚਾ ਤੋਂ ਜੀਵੇਗਾ ਅਤੇ ਜੇ ਉਪਜਾਹ ਹਟ ਜਾਵੇ ਮੇਰਾ ਜੀ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਜਾਹ ਹਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਜਿਹੜੇ ਨਿਚਾ ਕਰਕੇ ਜਨ ਬਚਾ ਰੱਖਦੇ ਹਨ ਇਬਰਾਨੀਆਂ ਨੂੰ ਅਧਿਆਇ 11 ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਟ ਵਸਤਾਂ ਦੀ ਸਬੂਤੀ ਅਤੇ ਇਸੇ ਵੇਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ ਨੇਚਾ ਨਾਲ ਅਸੀਂ ਜਾਣਦੇ ਹਾਂ ਕਿ ਜਗਤ ਪਰਮੇਸ਼ਰ ਦੇ ਫਰਮਾਨ ਨਾਲ ਸਾਜਿਆ ਗਿਆ ਅਤੇ ਜੋ ਕੁਝ ਵਿਕਣ ਵਿੱਚ ਆਉਂਦਾ ਹੈ ਸੋ ਡਿੱਠੀਆਂ ਹੋਈਆਂ ਅਵਸਥਾ ਤੋਂ ਨਹੀਂ ਬਣਿਆ ਹੈ ਨੇਚਾ ਨਾਲ ਹਾਬਲ ਨੇ ਕੈਨ ਨਾਲੋਂ ਪਰਮੇਸ਼ਰ ਦੇ ਅੱਗੇ ਉੱਤਮ ਬਲਿਦਾਨ ਚੜਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਪਿਉ ਧਰਮੀ ਹੈ ਕਿਉਂਕਿ ਜੋ ਪਰਮੇਸ਼ਰ ਨੇ ਉਹਦੀਏ ਪੇਟਾਂ ਦੇ ਵੇਖੇ ਸਾਖੀ ਦਿੱਤੀ ਅਤੇ ਉਸ ਨੇਚਾ ਜਿਹੜਾ ਹੀ ਉਹ ਹੁਣ ਤੱਕਰ ਬੋਲਦਾ ਹੈ ਭਾਵੇਂ ਮਰ ਗਿਆ ਨੇਚਾ ਨਾਲ ਖਨੋਕ ਉਧਾ ਚੁੱਕਿਆ ਗਿਆ ਭਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ਰ ਨੇ ਉਹਨੂੰ ਉਧਾ ਚੁੱਕ ਲਿਆ ਕਿਉਂਕਿ ਉਹਦੇ ਉਧਾ ਚੁੱਕ ਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ਰ ਦੇ ਮਨ ਪਾਉਂਦਾ ਹੈ ਅਤੇ ਨੇਚਾ ਬਾਝੋਂ ਉਹਦੇ ਮਨ ਨੂੰ ਪਾਉਣਾ ਅਨ ਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਰ ਦੇ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ ਨਾਲੇ ਇਹ ਭਈ ਉਹ ਆਪਣੀਆਂ ਤਾਲਮਾਂ ਦਾ ਫਲ ਦਤਾ ਹੈ ਨੇਚਰ ਨਾਲ ਨੂੰਨੇ ਪਰਮੇਸ਼ਰ ਕੋਲੋਂ ਉਹਨਾਂ ਅਵਸਥਾ ਦੀ ਖਬਰ ਪਾ ਕੇ ਜਿਹੜੀਆਂ ਅਜੇ ਅੰਡਰਟਸਨ ਸੈਮ ਕੇ ਆਪਣੇ ਘਰ ਦੇ ਬਚਾਅ ਲਈ ਕਿਸ਼ਤੀ ਬਣਾਈ ਅਤੇ ਉਸ ਨੇਚਾ ਦੇ ਕਾਰਨ ਉਹਨੇ ਸੰਸਾਰ ਨੂੰ ਦੋਸ਼ੀ ਠਰਾਇਆ ਅਤੇ ਉਸ ਧਰਮ ਦਾ ਅਧਿਕਾਰੀ ਹੋਇਆ ਜਿਹੜਾ ਨਿਚਰ ਤੋਂ ਹੀ ਹੁੰਦਾ ਹੈ ਨਿਚਰ ਨਾਲ ਅਬਰਾਹਮ ਜਾਂ ਸੱਜਿਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹਨੂੰ ਉਹਨੇ ਅਧਿਕਾਰ ਵਿੱਚ ਲੈਣਾ ਸੀ ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿਕਲ ਤੁਰਿਆ ਨਿਚਰ ਨਾਲ ਉਹ ਵਾਜੇ ਵਾਲੀ ਧਰਤੀ ਵਿੱਚ ਜਾ ਵਸਿਆ ਜਿਵੇਂ ਪਰਾਈ ਧਰਤੀ ਵਿੱਚ ਉਹਨੇ ਇਸਹਾਕ ਅਤੇ ਇਸਕੂਬ ਦੇ ਨਾਲ ਜਿਹੜੇ ਉਹਦੇ ਸੰਗ ਉਸੇ ਵਾਜੇ ਦੇ ਅਧਿਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ ਕਿਉਂਕਿ ਉਸ ਨਗਰ ਦੀ ਉਡੀਕ ਕਰਦਾ ਸੀ ਜਿਹਦੀਆਂ ਨੀਹਾਂ ਹਨ ਅਤੇ ਜਿਹਦਾ ਕਾਰੀਗਰ ਅਤੇ ਬਰੌਣ ਵਾਲਾ ਪਰਮੇਸ਼ਰ ਹੈ ਨੀਚਾਂ ਨਾਲ ਸਾਰਾ ਨੇ ਆਪ ਵੀ ਜਦੋਂ ਬੁੱਢੀ ਹੋ ਗਈ ਗਰਭਵੰਤੀ ਹੋਣ ਦੀ ਸ਼ਕਤੀ ਪਾਈ ਇਸ ਲਈ ਜੋ ਉਹਨੇ ਵਾਅਦਾ ਕਰਨ ਵਾਲੇ ਨੂੰ ਵਫਾਦਾਰ ਜਾਣਿਆ ਉਪਰੰਤ ਇੱਕ ਤੋਂ ਜੋ ਮੁਰਦਾ ਜਿਹਾ ਸੀ अनेਕ ਉਤਪਤ ਹੋਏ ਜਿੰਨੇ ਕੁ ਬਹੁਤ ਐਤ ਕਰਕੇ ਆਕਾਸ਼ ਦੇ ਤਾਰੇ ਹਨ ਅਤੇ ਜਿੰਨੇ ਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ ਇਹ ਸਭੇ ਨਿਤਹਿ ਵਿੱਚ ਮਰ ਗਈ ਅਤੇ ਉਹਨਾਂ ਨੂੰ ਦਿੱਤੇ ਹੋਏ ਬਚਨ ਪ੍ਰਾਪਤ ਨਾ ਹੋਏ ਪਰ ਉਹ ਦੂਰੋਂ ਉਹਨਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਪਈ ਅਸੀਂ ਧਰਤੀ ਉਤੇ ਉਪਰੇ ਅਤੇ ਪਰਦੇਸੀ ਹਾਂ ਕਿਉਂਕਿ ਜਿਹੜੇ ਅਜਿਹੀਆਂ ਗੱਲਾਂ ਆਖਦੇ ਹਨ ਉਹ ਪ੍ਰਗਟ ਕਰਦੇ ਹਨ ਪਈ ਅਸੀਂ ਆਪਣੇ ਵਤਨ ਨੂੰ ਪਾਲਦੇ ਹਾਂ ਅਤੇ ਜੇ ਉਸ ਦੇਸ਼ ਨੂੰ ਜਿਸ ਤੋਂ ਨਿਕਲ ਆਏ ਸਨ ਚੇਤੇ ਰੱਖਦੇ ਤਾਂ ਉਹਨਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ ਪਰ ਹੁਣ ਉਸ ਤੋਂ ਉੱਤਮ ਅਰਥਾਤ ਸੁਰਗੀ ਦੇਸ਼ ਨੂੰ ਲੋਚਦੇ ਹਨ ਇਸ ਕਾਰਨ ਪਰਮੇਸ਼ਰ ਉਹਨਾਂ ਦੇ ਵੱਲ ਨਹੀਂ ਸ਼ਰਮਾਉਂਦਾ ਜੋ ਉਹਨਾਂ ਦਾ ਪਰਮੇਸ਼ਰ ਕਹਾਵੇ ਕਿਉਂਕਿ ਜੋ ਉਹਨੇ ਉਹਨਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ ਨੀਚਰ ਨਾਲ ਅਬਰਾਹਮ ਨੇ ਜਦ ਪਰਟਾਇਆ ਗਿਆ ਤਾਂ ਇਸਹਾਕ ਨੂੰ ਬਲਦਾਨ ਲਈ ਚੜਾਇਆ ਹਾਂ ਆਪਣੇ ਇਕਲੌਤੀ ਨੂੰ ਉਹ ਜਿਹਨੂੰ ਵਾਅਦੇ ਦਿੱਤੇ ਗਏ ਸਨ ਚੜਾਉਣ ਲੱਗਾ ਅਤੇ ਜਿਹਨੂੰ ਇਹ ਆਖਿਆ ਗਿਆ ਭਈ ਇਸਹਾਕ ਤੋਂ ਤੇਰੀ ਅੰਸ ਅਖਵਾਵੇਗੀ ਕਿਉਂ ਜੋ ਉਹਨੇ ਵਿਚਾਰ ਕੀਤਾ ਜੋ ਪਰਮੇਸ਼ਰ ਮੁਰਦਿਆਂ ਵਿੱਚੋਂ ਵੀ ਉਠਾਲਣ ਨੂੰ ਸਮਰਥ ਹੈ ਜਿਨ੍ਹਾਂ ਵਿੱਚੋਂ ਉਹਨੇ ਮੰਨੋ ਉਹਨੂੰ ਪ੍ਰਾਪਤ ਵੀ ਕਰ ਲਿਆ। ਨੇਚਰ ਨਾਲ ਇਸਹਾਕ ਨੇ ਹੋਣ ਵਾਲੀਆਂ ਗੱਲਾਂ ਦੇ ਵਿਖੇ ਵੀ ਯਾਕੂਬ ਅਤੇ ਈਸਾ ਨੂੰ ਅਸੀਸ ਦਿੱਤੀ। ਨੇਚਰ ਨਾਲ ਯਾਕੂਬ ਨੇ ਮਰਨ ਲੱਗਿਆ ਯੂਸਫ ਦੇ ਪੁੱਤਰਾਂ ਨੂੰ ਇੱਕ-ਇੱਕ ਕਰਕੇ ਅਸੀਸ ਦਿੱਤੀ ਅਤੇ ਆਪਣੇ ਲਾਠੀ ਦੇ ਸਿਰ ਉੱਤੇ ਮੱਥਾ ਟੇਕਿਆ। ਨੇਚਰ ਨਾਲ ਯੂਸਫ ਨੇ ਆਪਣੇ ਅੰਤਕਾਲ ਦੇ ਵੇਲੇ ਇਸرائیਲੀਆਂ ਦੇ ਉੱਥੋਂ ਕੁਝ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ। ਨੇਚਰ ਨਾਲ ਜਾਂ ਮੂਸਾ ਜੰਮਿਆ ਤਾਂ ਉਹਦੇ ਮਾਪਿਆਂ ਨੇ ਉਹਨੂੰ ਤਿੰਨ ਮਹੀਨਾ ਤੱਕ ਲੁਕਾ ਰੱਖਿਆ ਕਿਉਂਕਿ ਉਹਨਾਂ ਨੇ ਵੇਖਿਆ ਪਈ ਬਾਲਕ ਸੋਹਣਾ ਹੈ ਅਤੇ ਉਹ ਪਾਤਸ਼ਾਹ ਦੇ ਫਰਮਾਨ ਤੋਂ ਡਰਦੇ। ਨੇਚਰ ਨਾਲ موسی ਨੇ ਜਦ ਸਿਆਣਾ ਹੋਇਆ ਤਾਂ ਫਰਾਉਨ ਦੀ ਤੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ। ਕਿਉਂਕਿ ਉਹਨੇ ਪਾਪ ਦੇ ਪੋਗ ਵਿਲਾਸ ਨਾਲੋਂ ਜੋ ਥੋੜੇ ਜਿਹਰੇ ਲਈ ਹੈ ਪਰਮੇਸ਼ਰ ਦੀ ਪਰਜਾ ਨਾਲ ਜਬਰੀ ਚੱਲਣ ਨੂੰ ਬੜਾ ਪਸੰਦ ਕੀਤਾ। ਅਤੇ ਉਹਨੇ ਵਿਚਾਰ ਕੀਤਾ ਪਈ ਮਿਸਰ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਤਨ ਹੈ ਕਿਉਂ ਜੋ ਫਲਵਲ ਉਹਦਾ ਧਿਆਨ ਸੀ ਨਿਚਰ ਨਾਲ ਉਹਨੇ ਪਾਦਸ਼ਾਹ ਦੇ ਕ੍ਰੋਧ ਤੋਂ ਭੈਣਾ ਕਰਕੇ ਮਿਸਰ ਨੂੰ ਛੱਡ ਦਿੱਤਾ ਕਿਉਂ ਜੋ ਉਹ ਅਲਖ ਨੂੰ ਜਾਣਦਾ ਲਖ ਕੀ ਤਕੜਾ ਰਿਆ ਨਿਚਰ ਨਾਲ ਉਹਨੇ ਪਸਾ ਦੇ ਤਿਉਹਾਰ ਨੂੰ ਅਤੇ ਲੋਹ ਛੜ ਕਰਨ ਦੀ ਵਿਧੀ ਨੂੰ ਮੰਨਿਆ ਭੈਣਾ ਹੋਵੇ ਜੋ ਬਲੋਠਿਆਂ ਦਾ ਨਾਸ ਕਰਨ ਵਾਲਾ ਉਹਨਾਂ ਨੂੰ ਹੱਥ ਲਾਵੇ ਨੇਚਰ ਨਾਲ ਉਹ ਲਾਲ ਸਮੁੰਦਰ ਦੇ ਵਿੱਚ ਜਿਵੇਂ ਸੁੱਕੀ ਜ਼ਮੀਨ ਉਤੋਰੀ ਪਾਰ ਲੰਘ ਗਈ ਪਰ ਇਹਦਾ ਜਾਂ ਮਿਸਰੀਆ ਨੇ ਉਦਮ ਕੀਤਾ ਤਾਂ ਡੁੱਬਮ ਹੋਏ ਨੇਚਰ ਨਾਲ ਯਰੀਹੋ ਦੀ ਸਫੀਲ ਜਿਸ 70 ਦਿਨਾਂ ਤੱਕ gekeਰੀ ਗਈ ਤਾਂ ਟਹਿਪਈ ਨੇਚਰ ਨਾਲ ਰਹਾਬ ਬੇਸਵਾ ਬੇਪ੍ਰਤੀਤਾਂ ਦੇ ਸੰਗ ਨਾਸ ਨਾ ਹੋਈ ਕਿਉਂਕਿ ਉਹਨੇ ਖੋਜਿਆਂ ਨੂੰ ਸੁਖਸਾਨ ਨਾਲ ਆਪਣੇ ਘਰ ਤਾਰਿਆ ਹੁਣ ਮੈਂ ਹੋਰ ਕੀ ਆਖਾਂ ਕਿਉਂ ਜੋ ਵੇਲ ਨਹੀਂ ਪਈ ਗਿਦੌਨ ਬਾਰਕ ਸ਼ਮਸੂਨ ਯਫਤਾ ਦਾਊਦ ਸਾਮੂ엘 ਅਤਿ ਨਬੀਆਂ ਦੀ ਵਾਰਤਾ ਕਰਾਂ ਜਿਨ੍ਹਾਂ ਨੇ ਨੇਚਾ ਜਿਹੇ ਰਾਹੀਂ ਪਾਤਸ਼ਾਹੀ ਨੂੰ ਫਤਿਹ ਕੀਤਾ ਧਰਮ ਦੇ ਕੰਮ ਕੀਤੇ ਵਾਇਦਾ ਨੂੰ ਪ੍ਰਾਪਤ ਕੀਤਾ ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ ਅੱਗ ਦੇ ਤਾਂ ਉਹਨੂੰ ਠੰਡਾ ਕੀਤਾ ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ ਉਹ ਨਿਰਬਲਤਾਈ ਵਿੱਚ ਬਲੀ ਹੋਏ ਜੁੱਧ ਵਿੱਚ ਸੂਰਮੇ ਬਣੇ ਉਪਰਿਆਂ ਦੀਆਂ ਫੌਜਾਂ ਨੂੰ ਭੁਜਾ ਦਿੱਤਾ ਟੀਵੀਆਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ ਕਈ ਕੁ ਡਾਂਗਾ ਨਾਲ ਜਾਨੋਂ ਮਾਰੇ ਗਏ ਅਤੇ ਛਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ ਅਤੇ ਕਈ ਕੋ ਠੱਠੇ ਵਿੱਚ ਉੜਾਏ ਜਾਣ ਅਤੇ ਕਰੋੜੇ ਖਾਨ ਸਗੋ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ ਉਹ ਪਥਰਾਉ ਕੀਤੇ ਗਏ ਆਰੇ ਨਾਲ ਚੀਰੇ ਗਏ ਪਰਤਾਏ ਗਏ ਤਲਵਾਰ ਨਾਲ ਵੱਢੇ ਗਏ ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਚਲਦੇ ਹੋਏ ਪੇਡਾਂ ਅਤੇ ਬکریاں ਦੀਆਂ ਖਲੜੀਆਂ ਪੈਨ ਮਾਰੇ ਮਾਰੇ ਫਿਰਦੇ ਰਹੇ ਸੰਸਾਰ ਉਹਨਾਂ ਦੇ ਯੋਗ ਨਹੀਂ ਸੀ ਉਹ ਜੜਾ ਅਤੇ ਪਹਾੜਾ ਹੁੰਦੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੋਕ ਦੇ ਪਏ ਫਿਰੇ ਅਤੇ ਇਹ ਸਭ ਭਾਵੇਂ ਉਹਨਾਂ ਲਈ ਉਹਨਾਂ ਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਧਨ ਪ੍ਰਾਪਤ ਨਾ ਹੋਏ ਕਿਉਂਕਿ ਸਾਡੇ ਲਈ ਪਰਮਿਸ਼ਨ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਪਈਓ ਸਾਥੋਂ ਬਿਨਾ ਕਾਮਿਲ ਨਾ ਹੋਣ ਇਬਰਾਨੀਆਂ ਨੂੰ ਅਧਿਆਇ 12 ਉਪਰੰਤ ਜਦੋਂ ਗਵਾਹਾਂ ਦੇ ਐਨੇ ਵੱਡੇ ਬਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ ਅਸੀਂ ਹਰ ਇੱਕ ਪਾਰ ਅਤਿ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰ ਇਹ ਸੁੱਟ ਕੇ ਉਸ ਦੌਰ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ ਅਤੇ ਯਿਸੂ ਦੀ ਵੱਲ ਤੱਕ ਦੇ ਰਹੀਏ ਜਿਹੜਾ ਨਿਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ ਜਿਨੇ ਉਸ ਅਨੰਦ ਨਿਮਿਤ ਜੋ ਉਹਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਅਤੇ ਪਰਮੇਸ਼ਰ ਦੇ ਸਿੰਘਾਸਨ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਤੁਸੀਂ ਉਨ ਨੂੰ ਸੋਚੋ ਜਿਨੇ ਆਪਣੇ ਉਤੇ ਪਾਪੀਆਂ ਦੀ ਐਡੀ ਲਾਗਬਾਜੀ ਸਹਿ ਲਈ ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀਵ ਵਿੱਚ ਢਿੱਲੇ ਪੈ ਜਾਓ ਤੁਸੀਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਹਾਏ ਜਾਣ ਤੇ ਕਰ ਸਾਹਮਣਾ ਨਹੀਂ ਕੀਤਾ ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗੂ ਸਮਝਾਇਦਾ ਹੈ हे ਮੇਰੇ ਪੁੱਤਰ ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਾਂ ਉਹ ਤੈਨੂੰ ਝਿੜਕੇ ਤਾਂ ਅੱਕ ਨਾ ਜਾਈ ਕਿਉਂ ਜੋ ਜਿਹਦੇ ਨਾਲ ਪਿਆਰ ਕਰਦਾ ਹੈ ਪ੍ਰਭੂ ਉਹਨੂੰ ਤਾੜਦਾ ਹੈ ਅਤੇ ਹਰ ਇੱਕ ਪੁੱਤਰ ਨੂੰ ਜਿਹਨੂੰ ਕਬੂਲ ਕਰਦਾ ਹੈ ਉਹ ਕੋੜੇ ਮਾਰਦਾ ਹੈ ਤੁਸੀਂ ਸਹਾਰਾ ਜੋ ਕਰਦੇ ਹੋ ਇਹ ਤਾੜੇ ਜਾਣ ਦੇ ਨਿਮਿਤ ਹੈ ਪਰਮੇਸ਼ਰ ਤੁਹਾਡੇ ਨਾਲ ਅਜਿਹਾ ਵਰਤਦਾ ਹੈ ਜਿਹਾ ਪੁੱਤਰਾਂ ਨਾਲ ਕਿਉਂ ਜੋ ਉਹ ਕਿਹੜਾ ਪੁੱਤਰ ਹੈ ਜਿਹਨੂੰ ਪਿਓ ਨਹੀਂ ਤਾੜਦਾ ਪਰ ਜੇ ਤੁਸੀਂ ਉਸ ਤਾੜਨਾ ਬਿਨਾਂ ਰਹੇ ਜਿਹਦੇ ਵਿੱਚ ਸਭੋ ਸਾਂਝੀ ਹੋਏ ਹਨ ਤਾਂ ਤੁਸੀਂ ਪੁੱਤਰ ਨਹੀਂ ਸਗੋਂ ਹਰਾਮ ਦੇ ਹੋ ਫਿਰ ਸਰੀਰਿਕ ਪਿਆਸਨ ਜਿਹੜੇ ਤਾਰਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ ਤਾਂ ਫਲਾਂ ਅਸੀਂ ਬਹੁਤ ਵਧਿਕ ਆਤਮਿਆਂ ਦੇ ਪਿਤਾ ਦੇ ਅਧੀਨ ਹੋਈਏ ਅਤੇ ਜੀਵੀਏ ਉਹ ਤਾਂ ਥੋੜੇ ਦਿਨਾਂ ਦੇ ਲਈ ਆਪਣੀ ਸਮਝ ਦੇ ਅਨੁਸਾਰ ਤਾੜਨਾ ਕਰਦੇ ਸਨ ਪਰ ਇਹ ਲਵ ਦੇ ਲਈ ਕਰਦਾ ਹੈ ਕਿ ਅਸੀਂ ਉਹਦੀ ਪਵਿੱਤਰਤਾਈ ਵਿੱਚ ਸਾਂਝੀ ਹੋਈਏ ساری ਤਾੜਨਾ ਤਾਂ ਉਸ ਵੇਲੇ ਆਨੰਦ ਦੀ ਨਹੀਂ ਸਗੋਂ ਸੋਗ ਦੀ ਗੱਲ ਸੁਜਦੀ ਹੈ ਪਰ ਮਗਰੋਂ ਉਹ ਉਹਨਾਂ ਨੂੰ ਜਿਹੜੇ ਉਹਦੇ ਨਾਲ ਸਿਧਾਏ ਗਏ ਹਨ ਧਰਮ ਦਾ ਸ਼ਾਂਤੀ ਦਾ ਇੱਕ ਫਲ ਦਿੰਦੀ ਹੈ ਇਸ ਲਈ ਟਿੱਲਿਆਂ ਹੱਥਾਂ ਅਤੇ ਪਿਰਦਿਆਂ ਗੋਡਿਆਂ ਨੂੰ ਸਿਧਾ ਕਰੋ ਅਤੇ ਆਪਣੇ ਪੈਰਾਂ ਲਈ ਸਿੱਧੇ ਰਾਹ ਬਣਾਓ ਭਈ ਜਿਹੜਾ ਲੰਘਾ ਹੋਵੇ ਉਹ ਜੋੜੋ ਨਾ ਉਖੜੇ ਸਭ ਕੁ ਚੰਗਾ ਹੋ ਜਾਵੇ ਸਭ ਨਾਲ ਮੇਲ ਰੱਖਣ ਦਾ ਪਿੱਛਾ ਕਰੋ ਅਤੇ ਪਵਿੱਤਰਤਾਈ ਦਾ ਜਿਹਦੇ ਬਿਨਾ ਕੋਈ ਪ੍ਰਭ ਨੂੰ ਨਾ ਵੇਖੇਗਾ ਵੇਖਣਾ ਭਈ ਕੋਈ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਾ ਰਹੇ ਅਤੇ ਨਾ ਹੋਵੇ ਭਈ ਕੋਈ ਕੁਰਤਨ ਦੀ ਜੜ ਫੁੱਟ ਕੇ ਦੁੱਖ ਦੇਵੇ ਅਤੇ ਬਾਲੇ ਉਹਦੇ ਕਾਰਨ ਵਿਛਟ ਹੋ ਜਾਣ। ਅਤੇ ਨਾ ਹੋਵੇ ਭਈ ਕੋਈ ਹਰਾਮ ਕਰ ਅਥਵਾ ਇਸਾਉ ਵਾਂਗ ਕੁਧਰਮੀ ਹੋਵੇ ਜਿਨੇ ਇੱਕ ਡੰਗ ਦੇ ਖਾਣ ਪਿੱਛੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਸੁਟਿਆ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਮਗਰੋਂ ਜਦ ਉਹਨੇ ਬਰਕਤ ਦਾ ਅਧਿਕਾਰੀ ਹੋਣਾ ਚਾਹਿਆ ਵੀ ਤਾਂ ਉਹ ਪਰਵਾਨ ਹੋਇਆ। ਇਸ ਲਈ ਜੋ ਉਹਨੂੰ ਤੋਬਾ ਕਰਨ ਦਾ ਮੌਕਾ ਨਾ ਮਿਲਿਆ ਬਾਯੋ ਨੇ ਅੰਜੂ ਕੇਰ ਕੇਰ ਕੇ ਉਹਨੂੰ ਪਾਲਿਆ ਤੁਸੀਂ ਤਾਂ ਉਸ ਪਹਾੜ ਦੇ ਕੋਲ ਨਹੀਂ ਆਏ ਹੋ ਜਿਹਨੂੰ ਹੱਥ ਲਾਇਆ ਜਾਵੇ ਜਿਹੜਾ ਅੱਗ ਨਾਲ ਬਲ ਉੱਠਿਆ ਨਾ ਕਾਲੇ ਬੋਲੇ ਨਾ ਅੰਧੇਰੇ ਧੁੱਪ ਨਾ ਝੱਖੜ ਚੋਲੇ ਨਾ ਤੂਰੀ ਦੇ ਸ਼ਬਦ ਨਾ ਗੱਲਾਂ ਦੀ ਆਵਾਜ਼ ਕੋਲ ਜਿਹਦੇ ਸੁਣਨ ਵਾਲਿਆਂ ਨੇ ਅਰਦਾਸ ਕੀਤੀ ਪਈ ਹੋਰ ਬਚਨ ਸਾਨੂੰ ਨਾ ਆਖਿਆ ਜਾਵੇ ਕਿਉਂ ਜੋ ਉਸ ਹੁਕਮ ਨੂੰ ਸਾਰ ਨਾ ਸਕੇ ਪਈ ਜੇ ਪਸੂ ਵੀ ਪਹਾੜ ਨਾਲ ਲੱਗੇ ਤਾਂ ਪਥਰਾਉ ਕੀਤਾ ਜਾਵੇ ਅਤੇ ਉਹ ਜੋ ਦਿਸਿਆ ਸੋ ਅਧਿਹਰ ਪਰਾਨਕ ਸੀ ਦੇ ਮੂਸਨਿਆਕਾ ਪਈ ਮੈਂ ਬਹੁਤ ਹੀ ਡਰਦਾ ਹਾਂ ਅਤੇ थरथਰ ਕੰਬਦਾ ਹਾਂ ਸਗੋਂ ਤੁਸੀਂ ਸਉਂਦੇ ਪਹਾੜ ਕੋਲ ਆਏ ਹੋ ਅਤੇ ਅਕਾਲਪੁਰਖ ਦੀ ਨਗਰੀ ਸੁਰਗੀ ਯਰੂਸ਼ਲੇਮ ਕੋਲ ਅਤੇ ਜੋੜ ਮੇਲੇ ਵਿੱਚ ਲੱਖਾਂ ਦੂਤਾਂ ਕੋਲ ਅਤੇ ਪਲੋਠੀਆਂ ਦੀ ਕਲੀਸਿਆ ਕੋਲ ਜਿਨ੍ਹਾਂ ਦੇ ਨਾਮ ਸੁਰਗ ਵਿੱਚ ਲਿਖੇ ਹੋਏ ਹਨ ਅਤੇ ਪਰਮੇਸ਼ਰ ਕੋਲ ਜਿਹੜਾ ਸਭਨਾ ਦਾ ਨਿਆਂ ਕਰਨ ਵਾਲਾ ਹੈ ਅਤੇ ਸਿੱਧ ਕਿੱਤਿਆਂ ਹੋਇਆਂ ਧਰਮੀਆਂ ਦੇ ਆਤਮਿਆਂ ਕੋਲ ਅਤੇ ਉਸ ਕੋਲ ਜਿਹੜਾ ਨਵੇਂ ਨੀਮ ਦਾ ਵਿਚੋਲਾ ਹੈ ਅਤੇ ਛਿੜਕੀ ਹੋਏ ਲਹੂ ਦੇ ਕੋਲ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਰਦਾ ਹੈ ਵੇਖੋ ਤੁਸੀਂ ਉਸ ਤੋਂ ਜਿਹੜਾ ਬੋਲਦਾ ਹੈ ਮੂੰਹ ਨਾ ਮੋੜਨਾ ਕਿਉਂਕਿ ਜਦੋਂ ਉਹ ਨਾ ਬਚੇ ਜਿੰਨਾ ਉਸ ਤੋਂ ਮੂੰਹ ਮੋੜੇ ਜਿਹੜਾ ਧਰਤੀ ਉੱਤੇ ਚਿਤਾਰਦਾ ਸੀ ਤਾਂ ਬਹੁਤ ਵੱਧੀਕ ਕਰਕੇ ਅਸੀਂ ਨਾ ਬਚਾਂਗੇ ਜੇ ਉਸ ਤੋਂ ਬੇਮੁਖ ਹੋਈਏ ਜਿਹੜਾ ਸੁਰਗ ਉੱਤੇ ਚਿਤਾਰਦਾ ਹੈ ਜਿਹਦੇ ਸ਼ਬਦ ਨੇ ਉਸ ਵੇਲੇ ਧਰਤੀ ਨੂੰ ਹਿਲਾ ਦਿੱਤਾ ਪਰ ਹੁਣ ਉਹਨੇ ਇਹ ਕਹਿ ਕੇ ਵਚਨ ਦਿੱਤਾ ਪਈ ਮੇ ਫਿਰ ਇੱਕ ਵਾਰੀ ਮੈਂ ਜਰਾ ਧਰਤੀ ਨੂੰ ਹੀ ਨਹੀਂ ਸਗੋ ਆਕਾਸ਼ ਨੂੰ ਵੀ ਕੰਬ ਲਾ ਦਾਂਗਾ ਅਤੇ ਇਹ ਜਿਹੜਾ ਬਚਨ ਹੈ ਕਿ ਫਿਰ ਇੱਕ ਵਾਰੀ ਇਹ ਪਤਾ ਦਿੰਦਾ ਹੈ ਪਈ ਬਣਾਈਆਂ ਹੋਈਆਂ ਅਵਸਥਾ ਵਾਂਗੂ ਉਹ ਅਵਸਥਾ ਜਿਹਨੀਆਂ ਹਿਲਾਇਆਂ ਜਾਂਦੀਆਂ ਹਨ ਸੋ ਟਲ ਜਾਣਗੀਆਂ ਤਾਂ ਜੋ ਉਹ ਅਵਸਥਾ ਜਿਹੜੀਆਂ ਨਹੀਂ ਹਲਾਈਆਂ ਜਾਂਦੀਆਂ ਬਣੀਆਂ ਰਹਿਣ ਸੋ ਜਦੋਂ ਸਾਨੂੰ ਇੱਕ ਰਾਜ ਮਿਲਿਆ ਜਿਹੜਾ ਹਿਲਾਇਆ ਨਹੀਂ ਜਾਂਦਾ ਤਾਂ ਆਓ ਅਸੀਂ ਧੰਨਵਾਦ ਕਰੀਏ ਜਿਸ ਕਰਕੇ ਅਸੀਂ ਭਗਤੀ ਅਤੇ ਭੈਣ ਨਾਲ ਪਰਮੇਸ਼ਰ ਦੀ ਉਪਾਸਨਾ ਕਰਿਏ ਜੋ ਉਹਦੇ ਮਨ ਪਾਵੇ ਕਿਉਂ ਜੋ ਸਾਡਾ ਪਰਮੇਸ਼ਰ ਪਸਮ ਕਰਨ ਵਾਲੀ ਅੱਗ ਹੈ ਇਬਰਾਨੀਆਂ ਨੂੰ ਅਧਿਆਇ 13 ਪਰਪੰ ਦਾ ਪ੍ਰੇਮ ਬਣਿਆ ਰਹੀ ਪਰਉਨਚਾਰੀ ਕਾਨੀ ਨਾ ਭੁੱਲਿਓ ਕਿਉਂ ਜੋ ਇਹ ਕਰਕੇ ਕਿੰਨਿਆਂ ਨੇ ਦੂਤਾਂ ਨੂੰ ਬਿਨ ਪਛਾਣੇ ਘਰ ਉਤਾਰਿਆ ਬੰਦੂਆਂ ਨੂੰ ਇਉ ਚੇਤੇ ਰੱਖੋ ਪਈ ਜਾਣੋ ਤੁਸੀਂ ਉਹਨਾਂ ਦੇ ਨਾਲ ਬੰਧਨ ਵਿੱਚ ਪਏ ਹੋਏ ਹੋ ਅਤੇ ਉਹਨਾਂ ਨੂੰ ਜਿਹੜੇ ਜਬਰੀ ਚਲਦੇ ਹਨ ਚੇਤੇ ਰੱਖੋ ਇਹ ਜਾਣ ਕੇ ਪਈ ਤੁਸੀਂ ਆਪ ਵੀ ਸਰੀਰ ਵਾਲੇ ਹੋ ਵਿਆਹ ਕਰਨਾ ਸਭਨਾ ਵਿੱਚ ਆਦਰਯੋਗ ਗਿਣਿਆ ਜਾਵੇ ਅਤੇ ਵਿਛੋੜਨਾ ਬੇਦਾਗ ਰਹੇ ਕਿਉਂਕਿ ਜੋ ਪਰਮੇਸ਼ਰ ਹਰਾਮਕਾਰਾਂ ਅਤੇ ਵਿਚਾਰੀਆਂ ਦਾ ਨਿਆਂ ਕਰੇਗਾ ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂਕਿ ਜੋ ਉਹਨੇ ਆਪ ਆਖਿਆ ਹੈ ਪਈ ਮੈਂ ਤੈਨੂੰ ਕਦੇ ਨਾ ਛੱਡਾਂਗਾ ਨਾ ਕਦੇ ਤੈਨੂੰ ਤਿਆਗਾਂਗਾ ਇਸ ਕਰਕੇ ਅਸੀਂ ਹੌਸਲੇ ਨਾਲ ਆਖਦੇ ਹਾਂ ਪ੍ਰਭੂ ਮੇਰਾ ਸਹਾਈ ਹੈ ਮੈਂ ਨਾ ਡਰਾਂਗਾ ਮਨੁੱਖ ਮੇਰਾ ਕੀ ਕਰੇਗਾ ਤੁਸੀਂ ਆਪਣੇ ਆਗੂਆਂ ਨੂੰ ਚੇਤੇ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਬਚਨ ਸੁਣਾਇਆ ਉਹਨਾਂ ਦੀ ਚਾਲ ਦੇ ਉੜਕ ਵੱਲ ਧਿਆਨ ਕਰਕੇ ਉਹਨਾਂ ਦੀ ਨਿਚਾ ਦੀ ਰੀਸ ਕਰੋ ਯਿਸੂ ਮਸੀਹ ਕਲ ਅਤੀਜ ਅਤੇ ਜੁਗ ਜੁਗ ਇੱਕੋ ਜਿਹਾ ਹੈ ਤੁਸੀਂ ਰੰਗ ਬਰੰਗੀਆਂ ਅਤੇ ਓਪਰੀਆਂ ਸਿੱਖੇ ਨਾਲ ਪਰਮਾਇ ਨਾ ਜਾਓ ਕਿਉਂਕਿ ਚੰਗਾ ਇਹ ਹੈ ਪਈ ਮਨ ਕਿਰਪਾ ਨਾਲ ਤਗੜਾ ਕੀਤਾ ਜਾਵੇ ਨਾ ਭੋਜਨਾਂ ਨਾਲ ਜਿਨ੍ਹਾਂ ਤੋਂ ਉਹਨਾਂ ਦੇ ਵਰਤਨ ਵਾਲਿਆਂ ਨੂੰ ਕੁਝ ਲਾਭ ਨਾ ਹੋਇਆ ਸਾਡੀ ਤਾਂ ਇੱਕ ਜਗਵੇਦੀ ਹੈ ਜਿਸ ਤੋਂ ਡੇਰੇ ਦੇ ਸੇਵਕਾਂ ਨੂੰ ਖਾਣ ਦਾ ਹੱਕ ਨਹੀਂ ਕਿਉਂਕਿ ਜਿਨ੍ਹਾਂ ਪਸ਼ੂਆਂ ਦਾ ਲਹੂ ਪ੍ਰધાન ਜਾਜਕ ਪਵਿੱਤਰ ਸਥਾਨ ਵਿੱਚ ਪਾਪ ਨਿਮਿਤ ਲਿਆ ਜਾਂਦਾ ਹੈ ਉਹਨਾਂ ਦੇ ਸਰੀਰ ਡੇਰੋਂ ਬਾਹਰ ਸੜੇ ਜਾਂਦੇ ਹਨ ਇਸ ਲਈ ਯਿਸੂ ਨੇ ਵੀ ਪਈ ਲੋਕਾਂ ਨੂੰ ਆਪਣੇ ਲਹੂ ਨਾਲ ਪਵਿੱਤਰ ਕਰੇ ਫਾਟਕੂ ਬਾਹਰ ਦੁੱਖ ਚੱਲਿਆ ਸੋ ਆਓ ਅਸੀਂ ਉਹਦੇ ਨਿਮਿਤ ਨਿੰਦਿਆ ਸੰਦੇ ਡੇਰੋਂ ਬਾਅਦ ਉਹਦੇ ਕੋਲ ਚਲੀਏ ਕਿਉਂਕਿ ਸਾਡਾ ਇੱਥੇ ਕੋਈ ਇਸਥਾਨ ਰਹਿਣ ਵਾਲਾ ਸ਼ਹਿਰ ਨਹੀਂ ਸਗੋਂ ਅਸੀਂ ਆਉਣ ਵਾਲੇ ਸ਼ਹਿਰ ਨੂੰ ਪਾਲਦੇ ਹਾਂ ਸੋ ਅਸੀਂ ਉਹਦੇ ਦੁਆਰਾ ਉਸਤ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਹਦੇ ਨਾਮ ਨੂੰ ਮੰਨ ਲੈਂਦੇ ਹਨ ਪਰਮੇਸ਼ਰ ਦੇ ਅੱਗੇ ਸਦਾ ਚੜ੍ਹਾਇਆ ਕਰੀਏ ਪਰ ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ ਕਿਉਂਕਿ ਅਜਿਹਾਂ ਬਲੀਦਾਨਾਂ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ ਤੁਸੀਂ ਆਪਣੇ ਆਗੂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਕਿਉਂਕਿ ਉਹ ਉਹਨਾਂ ਵਾਂਗੂ ਜਿਨ੍ਹਾਂ ਲੇਖ ਦਿਨਾ ਹੈ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਨ ਭਈ ਉਹ ਇਹ ਕੰਮ ਆਨੰਦ ਨਾਲ ਕਰਨ ਨਾ ਹੋ ਕੇ ਪਰਪਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਭਵੰਤ ਨਹੀਂ ਸਾਡੇ ਲਈ ਪ੍ਰਾਰਥਨਾ ਕਰੋ ਕਿਉਂ ਜੋ ਸਾਨੂੰ ਨੇਚਾ ਹੈ ਭਈ ਸਾਡਾ ਅੰਤਕਰਨ ਸ਼ੁੱਧ ਹੈ ਅਤੇ ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨਾ ਚਾਹੁੰਦੇ ਹਾਂ ਅਤੇ ਮੈਂ ਹੋਰ ਵੀ ਮਿੰਨਤ ਨਾਲ ਬੇਨਤੀ ਕਰਦਾ ਹਾਂ ਪਈ ਤੁਸੀਂ ਇਹ ਕਰੋ ਤਾਂ ਜੋ ਮੈਂ ਤੁਹਾਡੇ ਕੋਲ ਮੁਰਛੇਤੀ ਪਹੁੰਚਾਇਆ ਜਾਵਾਂ ਹੁਣ ਸ਼ਾਂਤੀ ਦਾਤਾ ਪਰਮੇਸ਼ਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਸਦੀਪਕ ਨਾਮ ਦੇ ਲੌ ਨਾਲ ਮੁਰਦਿਆਂ ਵਿੱਚੋਂ ਉਠਾ ਲਿਆਇਆ ਤੁਹਾਨੂੰ ਹਰੇਕ ਭਲੇ ਕੰਮ ਕਰਨ ਵਿੱਚ ਸੰਪੂਰਨ ਕਰੇ ਪਈ ਤੁਸੀਂ ਉਹਦੀ ਇੱਛਾ ਨੂੰ ਪੂਰੀਆਂ ਕਰੋ ਅਤੇ ਜੋ ਕੁਝ ਉਹਨ ਭਾਉਂਦਾ ਹੈ ਉਹ ਸਾਡੇ ਵਿੱਚ ਯਿਸੂ ਮਸੀਹ ਦੇ ਰਾਹੀਂ ਕਰੇ ਜਿਦੀ ਵਦੈ ਜੁਗ ਜੁਗ ਹੋਵੇ ਆਮੀਨ हे ਪ੍ਰਭੂ ਮੈਂ ਤੁਹਾਡਾ ਕੀ ਬੇਨਤੀ ਕਰਦਾ ਹਾਂ ਭਈ ਤੁਸੀਂ ਇਸ ਉਪਦੇਸ਼ ਦੇ ਬਚਨ ਨੂੰ ਸਹਿ ਲਵੋ ਕਿਉਂ ਜੋ ਮੈਂ ਥੋੜੇ ਜੇ ਵਿੱਚ ਤੁਹਾਨੂੰ ਲਿਖ ਭੇਜਿਆ ਹੈ ਤੁਹਾਨੂੰ معلوم ਹੋਵੇ ਕਿ ਸਾਡਾ ਪ੍ਰਾਤਮੋਥਿਸ ਕੈਦੋਂ ਛੁੱਟ ਗਿਆ ਜੇ ਉਹ ਛੇਤੀ ਆਇਆ ਤਾਂ ਮੈਂ ਉਹਦੇ ਨਾਲ ਆਣ ਕੇ ਤੁਹਾਡਾ ਦਰਸ਼ਨ ਕਰਾਂਗਾ ਆਪਣੇ ਸਾਰੇ ਆਗੋਂ ਨੂੰ ਨਾਲੇ ਸਾਰੇ ਸੰਤਾਂ ਨੂੰ ਸੁਖ-ਸ਼ਾਂਤ ਆਖੋ ਜਿਹੜੇ ਇਟਾਲੀਆ ਦੇ ਹਨ ਉਹ ਤੁਹਾਡੇ ਸੁਖ-ਸ਼ਾਂਤ ਪੁੱਛਦੇ ਹਨ ਸਾ ਸਭਨਾ ਉਤੇ ਕਿਰਪਾ ਹੁੰਦੀ ਰਹੇ ਆਮੀਨ